ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਨਵਾ ਮੈਂ ਗੁਰਵਿੰਦਰ ਸਿੰਘ ਸਮਾ ਇਸ ਵੇਲੇ ਸਾਡੇ ਨਾਲ ਨੇ ਡਾਕਟਰ ਪਿਆਰੇ لال ਗਰਗ ਸਾਡੇ ਮੁੱਜਜ਼ ਮਹਿਮਾਨ ਸਰ ਬਹੁਤ ਬਹੁਤ ਇਸਤਿਕਬਾਲ ਹੈ ਤੁਹਾਡਾ ਪੰਜਾਬ ਨਵਾ ਦੇ ਸਮਾਜ ਦੇ ਉੱਪਰ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਸਾਨੂੰ ਸਨਸ਼ਾਰ ਕੀਤਾ ਸ਼ੁਕਰੀਆ ਜੀ ਬਹੁਤ ਸਰ ਲੰਘੇ ਦਿਨੀ ਪੰਜਾਬ ਵਿਧਾਨ ਸਭਾ ਦਾ ਇੱਕ ਬਹੁਤ ਹੀ ਸੈਸ਼ਨ ਲੰਘਿਆ ਹਗਾਮਾ ਖੇਜ਼ ਉਹਦੇ ਵਿੱਚ ਜੋ ਹੰਗਾਮੇ ਹੋਏ ਉਸ ਵੱਲ ਤਾਂ ਮੈਂ ਬਾਅਦ ਵਿੱਚ ਜਾਵਾਂਗਾ ਕੁਝ ਚੀਜ਼ਾਂ ਉਹਦੇ ਵਿੱਚ ਜਿਵੇਂ ਵਾਈਟ ਪੇਪਰ ਜਾਰੀ ਹੋਇਆ ਜਿਸ ਤਰੀਕੇ ਨਾਲ ਕੀਮਤੀ ਬਿਲਾ ਦੇ ਉੱਪਰ ਉਹਨਾਂ ਨੇ ਤਲਵਾਰ ਚਲਾਈ ਔਰ ਉਸੇ ਦਿਨ ਹੀ ਖਾਸ ਕਰਕੇ ਖੈਰਾ ਸਾਹਿਬ ਦੇ ਉੱਪਰ ਵੀ ਈਡੀ ਵਾਲਿਆਂ ਨੇ ਛਾਪੇ ਮਾਰੇ ਉਹਨਾਂ ਨੂੰ ਲੈ ਕੇ ਮਤਲਬ ਐਨਾ ਕੁਝ ਇੱਕ ਦਿਨ ਵਿੱਚ ਦੁਪਹਿਰ ਤੋਂ ਬਾਅਦ ਐਨਾ ਕੁਝ ਹੋ ਗਿਆ ਕਿ ਸਮਝ ਵਿੱਚ ਨਹੀਂ ਆ ਵੀ ਹੋ ਕੀ ਰਿਹਾ ਪਹਿਲਾ ਮੈਂ ਤੁਹਾਡੇ ਤੋਂ ਟਿੱਪਣੀ ਚਾਹਾਂਗਾ ਵੀ ਵਿਧਾਨ ਸਭਾ ਵਿੱਚ ਕੀ ਹੋਇਆ ਸਰ ਕੀ ਉਹ ਪੰਜਾਬ ਦੇ ਹਿੱਤ ਵਿੱਚ ਹੈਗਾ ਖਾਸ ਕਰਕੇ ਵਾਈਟ ਪੇਪਰ ਹੈ ਵਾਈਟ ਪੇਪਰ ਹੀ ਸੀ ਔਰ ਜੋ ਖੇਤੀ ਵਾਲੇ ਬਿੱਲ ਸੀ ਉਹ ਸਰਕਸਾ ਦੇਖੋ ਗੱਲ ਇਹ ਹੈ ਵੀ ਜੋਤ ਕਾਰਵਾਈ ਉਹਦੀ ਤਾਂ ਆਪਾਂ ਗੱਲਬਾਤ ਕਰਦੇ ਆਂ ਵੀ ਕਿਹੋ ਜੀ ਹੋਈ ਕਿਵੇਂ ਹੋਈ ਪਰ ਜੇ ਅਸੀਂ ਵਾਈਟ ਪੇਪਰ ਦੀ ਗੱਲ ਕਰਦੇ ਆਂ ਉਹਦੇ ਚ ਕੁਝ ਗੱਲਾਂ ਤਾਂ ਸਾਹਮਣੇ ਆ ਹੀ ਗਈਆਂ ਨੇ ਜਿਹੜੀਆਂ ਪਹਿਲਾਂ ਹੀ ਖਦਸ਼ੇ ਸੀਗੇ ਤੇ ਲੋਕ ਦੱਸ ਰਹੇ ਸੀ ਇਹ ਕਹਿੰਦੇ ਸੀ ਕਿ ਜੀ ਕੇਂਦਰ ਨੇ ਸਾਨੂੰ ਭੇਜਿਆ ਸੀ ਅਸੀਂ ਤਾਂ ਉਹੋ ਹੀ ਕਰਤਾ ਹੁਣ ਤੁਸੀਂ ਇਹਨੂੰ ਬਦਲ ਨਹੀਂ ਸਕਦੇ ਉਹ ਮੈਂ ਪ੍ਰਸ਼ਿਸ਼ਕਰੀਆ ਸਮਸਬ ਪੜੰਦੀ ਵੀ ਕੇਂਦਰ ਨੇ ਕੀਤਾਇਆ ਸੀ ਕਿਉਂਕਿ ਮੈਂ ਸਰਕਾਰ ਚ ਰਿਹਾ ਮੈਨੂੰ ਪਤਾ ਵੀ ਕੇਂਦਰ ਕਦੇ ਇਦਾਂ ਭੇਜ ਨਹੀਂ ਸਕਦਾ ਕੇਂਦਰ ਨੇ ਜਿਵੇਂ ਆਪਾਂ ਕਿਸੇ ਨੂੰ ਖੜਲਾ ਕਹਿ ਦਿੰਦੇ ਆ ਵੀ ਜਦ ਜੇ ਅਰਜੀ ਲਿਖਣੀ ਹੋਵੇ ਚ ਇਦਾਂ ਇਦਾਂ ਗੱਲਾਂ ਲਿਖਣੀਆਂ ਹੋਵੇ ਚ ਜੇ ਆਪਾਂ ਕੋਈ ਚਿੱਠੀ ਭੇਜਣੀ ਹੋਵੇ ਵੀ ਪੁਰਾਣੇ ਦਿਨ ਅਸੀਂ ਆਹ ਕੰਮ ਕਰਨਾ ਜਿਵੇਂ ਆਪ ਤੁਸੀਂ ਪ੍ਰੋਗਰਾਮ ਦਾ ਮੈਸੇਜ ਮੈਨੂੰ ਭੇਜਣਾ ਹੋਵੇ ਤਾਂ ਬੰਦਾ ਕਹਿੰਦਾ ਜੀ ਟਾਈਮ ਲਿਖ ਦਿਓ ਵਿੱਚ ਸਮਾ ਲਿਖ ਦਿਓ ਵਿਸ਼ਾ ਲਿਖ ਦਿਓ ਉਹ ਹੁਣ ਵਿਸ਼ਾ ਲਿਖਣਾ ਤੁਸੀਂ ਆਪਣੀ ਮਰਜ਼ੀ ਦਾ ਹੈ ਸਮਾ ਆਪਣੀ ਮਰਜ਼ੀ ਦਾ ਲਿਖਣਾ ਹੈ ਗੇਟ ਆਪਣੀ ਮਰਜ਼ੀ ਦੀ ਲਿਖਣੀ ਹੈ ਸੋ ਇਸੇ ਤਰ੍ਹਾਂ ਹੀ ਉਹਦੇ ਵਿੱਚ ਇਹ ਹੈ ਵੀ ਤੁਸੀਂ ਆ ਗੱਲਾਂ ਦਾ ਧਿਆਨ ਰੱਖਣਾ ਹੈ ਕੱਲੀ ਕੱਲੀ ਗੱਲ ਦਿੱਤੀ ਹੋਈ ਹੈ ਇਹ ਹੁਣ ਵੀ ਤੁਸੀਂ ਕੋਲਾ ਕਿਵੇਂ ਲੈਣਾ ਹੈ ਕਿਵੇਂ ਨਹੀਂ ਲੈਣਾ ਉਹਦੇ ਵਿੱਚ ਲਿਖਿਆ ਵੀ ਤੁਸੀਂ ਫੈਸਲਾ ਕਰਨਾ ਇਸ ਗੱਲ ਦਾ ਫਿਕਸ ਚਾਰਜ ਕਿਵੇਂ ਲੈਣੇ ਨੇ ਕਿੰਨੇ ਲੈਣੇ ਨੇ ਕਿਵੇਂ ਚੈੱਕ ਕਰਨੇ ਨਹੀਂ ਇਹ ਵੀ ਗੱਲ ਕਰਨੀ ਹੈ ਫਿਰ ਤੁਸੀਂ ਇਹ ਬਿਜਲੀ ਕਿੰਨੀ ਲੈਣੀ ਆ ਉਹਨਾਂ ਤੋਂ ਸਾਰੀ ਉਹਨਾਂ ਤੋਂ ਲੈਣੀ ਹੈ ਜਾਂ ਉਹਨਾਂ ਤੋਂ ਅੱਧੀ ਲੈਣੀ ਹੈ ਫਿਰ ਉਹ ਕਿੰਨੇ ਚਿਰ ਚ ਚਾਲੂ ਹੋਣਾ ਪ੍ਰਾਂਤ ਜਿੰਨਾ ਚਿਰ ਨਹੀਂ ਚਾਲੂ ਹੋਣਾ ਉਹਨੇ ਚਿਰ ਕੀ ਕਰਨਾ ਹੈ ਜੇ ਚਾਲੂ ਹੋਣ ਚ ਦੇਰੀ ਹੋ ਜੇ ਤਾਂ ਕੀ ਕਰਨਾ ਇਹ ਵਿੱਚ ਸ਼ਰਤ ਪਾਉਣੀ ਹੈ ਫਿਰ ਉਹਨਾਂ ਨੇ ਲਿਖਿਆ ਵੀ ਜੇ ਤੁਸੀਂ ਸਾਰੀ ਬਿਜਲੀ ਨਹੀਂ ਲੈਣੀ ਕੀ ਤੁਸੀਂ ਬਾਕੀ ਬਿਜਲੀ ਵੇਚਣੀ ਅਲਾਓ ਕਰੋਗੇ ਉਹਨਾਂ ਨੂੰ ਜਿੰਨੀ ਮਰਜ਼ੀ ਵੇਚ ਲੈਣ ਫਿਰ ਜਦ ਤੁਹਾਨੂੰ ਜ਼ਿਆਦਾ ਲੋਡ ਹੁੰਦੀ ਹੈ ਉਦੋਂ ਦਾ ਤੁਸੀਂ ਕੀ ਫੈਸਲਾ ਕਰਨਾ ਹੈ ਫਿਰ ਉਹਦੇ ਚ ਇਹ ਵੀ ਲਿਖਿਆ ਹੈ ਵੀ ਜੇ ਤੁਹਾਨੂੰ ਇਹ ਫੈਸਲੇ ਕਿੰਨੇ ਕਿੰਨਾ ਮਦਾਂ ਦੇ ਛੱਡੇ ਤੁਸੀਂ ਰੱਦ ਕਰ ਸਕਦੇ ਹੋ ਇਹ ਵੀ ਲਿਖਣਾ ਹੈ ਫੇਰ ਉਹਦੇ ਵਿੱਚ ਇਹ ਵੀ ਲਿਖਿਆ ਹੈ ਵੀ ਕਿੰਨਾ ਕਿੰਨਾ ਮਦਾਂ ਦੇ ਤਹਿਤ ਇਹਨਾਂ ਸਮਝੌਤੇ ਨੂੰ ਮੂੜ ਨਜ਼ਰਸਾਨੀ ਨਹੀਂ ਕਰੀ ਜਾ ਸਕਦੀ ਹੈ ਮੂੜ ਵਿਚਾਰਿਆ ਜਾ ਸਕਦਾ ਹੈ ਫੇਰ ਉਹਦੇ ਵਿੱਚ ਇਹ ਵੀ ਹੈ ਵੀ ਰੀਨੇਗੋਸ਼ੀਏਟ ਕਰਾਇਆ ਸੀ ਇੱਕ ਤਾਂ ਮੂੜੇ ਵਿਚਾਰਨਾ ਹੈ ਇੱਕ ਬਿਲਕੁਲ ਹੀ ਟੋਟਲ ਰੀਨੇਗੋਸ਼ੀਏਸ਼ਨ ਉਹ ਕਲਾਸ ਤੁਸੀਂ ਪਾ ਸਕਦੇ ਹੋ ਵੀ ਜੇ ਸਾਡੇ ਭਾਈ ਆਹ ਗੱਲਾਂ ਹੋਈਆਂ ਫਿਰ ਅਸੀਂ ਇਸ ਨੂੰ ਦੁਬਾਰਾ ਆਪਾਂ ਬੈਠ ਕੇ ਆਪਦਾ ਸਮਝੌਤਾ ਸਹੀ ਬੰਦ ਕਰਾਂਗੇ ਸੋ ਉਹ ਮੈਨੂੰ ਲੱਗਦਾ ਹੈ ਵੀ ਉਹ ਹੁਣ ਵਾਈਟ ਪੇਪਰ ਸਾਹਮਣੇ ਆ ਗਿਆ ਵੀ ਇਹਨਾਂ ਨੇ ਨਹੀਂ ਪਾਈਆਂ ਇੱਕ ਵੱਡੀ ਗੱਲ ਜਿਹੜੀ ਉਸ ਵਾਈਟ ਪੇਪਰ ਚ ਸਾਹਮਣੇ ਆਈ ਹੈ ਔਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਵੀ ਸੀ ਜਦ ਇਹ ਰੌਲਾ ਪਿਆ ਕੋਈ ਸਾਲਕ ਤੈਨਾ ਕਿ ਜੀ ਉਹ ਕੰਪਨੀਆਂ ਕਹਿੰਦੀਆਂ ਨੇ ਵੀ ਸਾਡੇ ਤੇ ਪਲਾਂਟ ਤੁਸੀਂ ਖਰੀਦ ਲਓ ਤੇ ਉਹਨਾਂ ਨੇ ਮੁਰਦ ਬੜਾ ਵੱਡਾ ਰੱਖਤਾ ਮੈਂ ਸਮਝਦਾ ਸੀ ਵੀ ਇਹੀ ਤਾਂ ਹੁੰਦਾ ਨਹੀਂ ਕਦੇ ਇੱਕ ਜਿੱਦ ਦੇ ਇਹ ਪ੍ਰਾਈਵੇਟ ਮਾਡਲ ਆਏ ਨੇ ਪੀਪੀਪੀ ਮਾਡਲ ਜਿਹਨੂੰ ਕਹਿੰਦੇ ਨੇ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਹੈ ਨਜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪੀ 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 ਇਹਨੂੰ ਪੀਪੀਏ ਕਹਿੰਦੇ ਨੇ ਇਸ ਕਰਕੇ ਪ੍ਰਾਈਵੇਟ ਪਾਵਰ ਐਗਰੀਮੈਂਟ ਪਬਲਿਕ ਪ੍ਰਾਈਵੇਟ ਐਗਰੀਮੈਂਟ ਜੋ ਵੀ ਕਹ ਲਓ ਸੋ ਉਹਦੇ ਵਿੱਚ ਇਹ ਹੁੰਦਾ ਹੈ ਬੀਓਟੀ ਬੀ ਮੀਨਸ ਬਿਲਟ ਬੀ ਬੰਬੇ ਵਾਲੀ ਬੱਬੇ ਵਾਲੀ ਓ ਉਹ ਮੀਨਸ ኦਪਰੇਟ ਉਹਨੂੰ ਚਲਾਓ ਪਹਿਲਾਂ ਉਹਨੂੰ ਬਣਾਓ ਫਿਰ ਉਹਨੂੰ ਚਲਾਓ ਐਂਡ ਟ੍ਰਾਂਸਫਰ ਟੀ ਟੀ ਟੈਂਕੇ ਵਾਲੀ ਹੋਨਕਰਾਸ ਕਰ ਦੋ ਟ੍ਰਾਂਸਫਰ ਨਹੀਂ ਜਿਹੜੀ ਤਾਕਤ ਹੈ ਤਾਕਤ ਸਰਕਾਰ ਦੀ ਕਰਤੇ ਗਾ ਰੋਡੀਆਂ ਦੀਆਂ ਸੜਕਾਂ ਆਪਣੀ ਲਾ ਲੋ ਐਨੇ ਸਾਲਾਂ ਦੀ ਟਾਲ ਤੋਂ ਬਾਅਦ ਜੰਡ ਸਾਡੀ ਇੱਕ ਮਾਰਕੀਪਸ ਤਾਂ ਨਹੀਂ ਵਾਸਤੇ ਦਿੱਤੀ ਕਿਉਂ ਕਿ ਜਿਹੜਾ 6 ਚ ਕੈਪਟਨ ਦੀ ਸਰਕਾਰ ਵੇਲੇ ਡਰਾਫਟ ਬਣਾਈ ਸੀਗੇ ਉਦੋਂ ਮਤਲਬ ਪ੍ਰਪੋਜ਼ਲ ਬਣੀ ਸੀ ਡਰਾਫਟ ਨਹੀਂ ਡਰਾਫਟ ਦਾ ਵਾਚ ਹੋਏ ਨੇ ਅ ਫਾਈਲ ਦੇ ਹੁੰਦੇ ਮਿਸਰ ਦੇ ਹੁੰਦੇ ਗੱਲ ਚੱਦੀ ਸੀ ਉਹਦੇ ਚ ਲਿਖਿਆ ਸੀ ਬੀ اوਟੀ ਟ੍ਰਾਂਸਫਰ ਵਾਲਾ ਇਹਨਾਂ ਨੇ ਜਿਆਦਾ ਆਕੇ ਸਮਝੋਤਾ ਕਰਿਆ ਇਹ ਉਥੇ ਬੀ اوਟੀ ਦੀ ਬਜਾਏ ਲਿਖ ਕੇ ਕਿ ਨਹੀਂ ਨਹੀਂ ਬੀ اوਟੀ ਤਾਂ ਗਲਤੀ ਨਾ ਪੈ ਗਈ ਤਾਂ ਬੀਓਓ ਹੈ ਬਿਲਡ অপারেਟ ਐਂਡ ਓਨ ਓਨਰ ਇਹ ਬਹੁਤ ਵੱਡਾ ਬਦਲਾ ਹੈ ਆਪਾਂ ਆਪੀ ਸੋਚ ਲਓ ਵੀ ਇੱਕ ਨੂੰ ਆਪਾਂ ਜ਼ਮੀਨ ਦਿੰਨਿਆ ਠੇਕੇ ਤੇ ਅਸੀਕਾ ਨਾ ਭਾਈ ਤੂੰ ਇਹ ਨਿਵਾਹੀ ਕਰ ਠੀਕ ਹੈ ਇਹਦੇ ਉੱਤੇ ਮਾੜਾ ਮੋਟਾ ਜਿਹੜਾ ਕੰਮ ਕਰਨਾ ਕਰ ਲੈ ਤੇ ਇਹ ਤੋਂ ਕਮਾਈ ਕਰ ਲੈ ਪਰ ਜ਼ਮੀਨ ਮੁੜ ਕੇ ਸਾਨੂੰ ਵਾਪਸ ਦੇ ਦੇਣੀ ਹੈ ਤਾਂ ਇੰਨੇ ਸਾਲਾਂ ਬਾਅਦ ਇੱਕ ਉਹ ਕਹਿੰਦਾ ਤੂੰ ਹਲਕੀ ਬਣ ਗਿਆ ਬਿਨਾਂ ਪੈਸੇ ਲਈ ਹੁਣ ਤੂੰ ਫਿਕਸ ਚਾਰਜ ਦੇ ਰਿਹਾ ਇਹ ਨਿਕਲੀ ਕਿੱਥੋਂ ਹੈ ਇਹ ਮੈਂ ਇੱਕ ਗੱਲ ਲੈਣਾ ਇਹਨੂੰ ਅਜੇ ਅਸੀਂ ਸੋਚ ਨਹੀਂ ਰਹੇ ਜਿੰਨੀਆਂ ਸਿੱਖਿਆ ਸੰਸਥਾਵਾਂ ਨੇ ਸਾਰੀਆਂ ਬਿਲਡਿੰਗ ਬੰਡ ਲੈਂਦੀਆਂ ਨੇ ਉਹ ਬਿਲਡਿੰਗ ਆਈ ਜਾਂਦੀਆਂ ਨੇ ਪਰ ਬਿਲਡਿੰਗਾਂ ਉਹਨਾਂ ਦੀ ਆਵਦੀਆਂ ਬਣ ਜਾਂਦੀਆਂ ਨੇ ਜਦ ਕੋਈ ਤਾਂ ਲੋਕਾਂ ਤੋਂ ਪੈਸਾ ਲਿਆ ਬੱਚਿਆਂ ਤੋਂ ਉਹ ਤਾਂ ਪਬਲਿਕ ਬਣੀ ਹੈ ਉਹ ਬਿਲਡਿੰਗ ਤਾਂ ਪਬਲਿਕ ਦੀ ਹੋਣੀ ਚਾਹੀਦੀ ਹੈ ਜਿੱਦਿਓ ਸਕੂਲ ਨੂੰ ਬੰਦ ਕਰਨਾ ਚਾਹੁੰਦੇ ਨੇ ਆਪਦੀ ਜ਼ਮੀਨ ਦੇ ਪੈਸੇ ਲੈ ਲੈਣ ਬਿਲਡਿੰਗ ਦਾ ਕਲਾ ਲੈ ਲੈਣ ਬਿਲਡਿੰਗ ਤਾਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲਈਏ ਸਾਰੀ ਠੀਕ ਹੈ ਨਾ ਸੋ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਵੀ ਕੋਈ ਨਹੀਂ ਦੇ ਦੋ ਵੇਚ ਦੋ ਸਭ ਨੂੰ ਦੇ ਦੋ ਕੋਈ ਕਿਤਾਬ ਬਹੁਤ ਵੱਡੀ ਜਿਹੜੀ ਕਲਾਸ ਸੀ ਇਹ ਗਲਬਤ ਸੀ ਦੂਜਾ ਜਿਹੜਾ ਸੀ ਉਹਦੇ ਵਿੱਚ ਜਿਹੜਾ ਕੋਲੇ ਦਾ ਪਿੰਨਾ ਵੀ ਮੈਂ ਇੱਕ ਜਗ੍ਹਾ ਤੇ ਕਿਹਾ ਸੀ ਵੀ ਜਿਹੜੀ ਅਸੀਂ ਕਾਂ ਤੋਂ ਕੋਲਾ ਲੈਣਾ ਸੀ ਜਾਂ ਉਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਆਪਦੀ ਇੱਕ ਕਾਂ ਸਪੈਸ਼ਲ ਰੱਖੋਗੇ ਆਪਦੀ ਜਿਵੇਂ ਆਪਾਂ ਕਹਿੰਨਾ ਨਾ ਵੀ ਜੇ ਤੁਸੀਂ ਆ ਅਸੀਂ ਜੇ ਟੈਂਡਰ ਕਰ ਜਾਂ ਸਰਕਾਰਾਂ ਚ ਤਾਂ ਅਸੀਂ ਕਹਿਣਾ ਵੀ ਤੁਹਾਡੀ ਟਰਨਓਵਰ ਇੰਨੀ ਹੋਵੇ ਤੁਹਾਡੇ ਕੋਲ ਇੰਨੀ ਮਸ਼ੀਨਰੀ ਹੋਵੇ ਉਹ ਮਸ਼ੀਨਰੀ ਕੋਲਾ ਇੰਦਣ ਇਹਨਾਂ ਨੂੰ ਚਾਹੀਦਾ ਸੀ ਵੀ ਜਾਂ ਤੱਕ ਕੋਲੇ ਵਾਸਤੇ ਅਸੀਂ ਆਪਦੀ ਕਾਂ ਲਓ ਜਾਂ ਫਿਰ ਸਾਡੀ ਵਾਲੀ ਤੋਂ ਲਓਗੇ ਉਹਦੇ ਚ ਉਹ ਸਪਸ਼ਟ ਕਰੇ ਨਹੀਂ ਵੀ ਕੋਲਾ ਅਸੀਂ ਕਿਹੋ ਜਿਹਾ ਦੇਵਾਂਗੇ ਹੁਣ ਤੁਸੀਂ ਕਹਿੰਦਾ ਕੋਲਾ ਦੇ ਦਿਓ ਜੀ ਮੈਨੂੰ ਇੱਕ ਮੈਂ ਵੈਸੇ ਇਹ ਇਹ ਹਾਸੇ ਵਾਲੀ ਗੱਲ ਲੱਗਦੀ ਹੈ ਇਹ ਉਹੀ ਜੀ ਗੱਲ ਸੀ ਕਿ ਟੀਚਰ ਕਰਦੇ ਹੁੰਦੇ ਪੰਜਾਬ ਦੇ ਪਿੰਡਾਂ 'ਚ ਇਹਨਾਂ ਨੇ ਕੋੜੇ ਨੂੰ ਹੀ ਕੰਮ ਕਰਿਆ ਉਹ ਕਹਿੰਦੇ ਵੀ ਇੱਕ ਦਰਜੀ ਕੋਲ ਕੋਈ ਬੰਦਾ ਗਿਆ ਕੱਪੜਾ ਲੈ ਕੇ ਉਹ ਕਹਿੰਦਾ ਜੀ ਇਹਦਾ ਨਾ ਪਜਾਮਾ ਬਣਾ ਦਿਓ ਕਹਿੰਦਾ ਬਣ ਜੂਗਾ ਭਾਈ ਉਹ ਕਹਿੰਦਾ ਜੀ ਦੋ ਬਣ ਜਾਣਗੇ ਕਹਿੰਦਾ ਹਾਂ ਬਣ ਜਾਣਗੇ ਕਹਿੰਦਾ ਚਾਰ ਬਣ ਜਾਣਗੇ ਕਹਿੰਦਾ ਬਣ ਜਾਣਗੇ ਕਹਿੰਦਾ ਅੱਠ ਬਣ ਜਾਣਗੇ ਕਹਿੰਦਾ ਬਣ ਜਾਣਗੇ ਉਹਨੇ ਅੱਠ ਕਹਿੰਦਾ ਬਣਾ ਦੇ ਉਹਨੇ ਛੋਟੇ ਛੋਟੇ ਪਜਾਮੀਆਂ ਜਿ ਬਣ ਗਈ ਉਹ ਕਹਿੰਦਾ ਇਹ ਕੀ ਕਰੇ ਕਹਿੰਦਾ ਤਾਂ ਐਂ ਖਸਿ ਅੱਠ ਬਣਾ ਦੇ ਕਿਉਂਕਿ ਲਾਫਟਾ ਪਾ ਫੜਿਆ ਇੱਕ ਇਹ ਵੀ ਸਾਈਜ਼ ਕੀ ਆ ਕਿ ਮੈਂ ਕੋਲਾ ਫਾਂਡੇ ਲਾ ਜੀ ਕੋਲਾ ਦੇਵਾਂਗੇ ਜੀ ਕੋਲਾ ਧੋ ਕੇ ਦੇਵਾਂਗੇ ਨਹੀਂ ਧੋ ਕੇ ਦੇਵਾਂਗੇ ਉਥੋਂ ਆਉਣ ਦਾ ਜਿਹੜਾ ਉੱਥੇ ਧੋਵਾਂਗੇ ਇੱਥੇ ਆ ਕੇ ਧੋਵਾਂਗੇ ਤੁਸੀਂ ਧਵਾਉਂਗੇ ਉਹਦੇ ਪੈਸੇ ਅਸੀਂ ਦੇਵਾਂਗੇ ਕੋਈ ਠੇਕਾ ਕਰੋਗੇ ਧੋਂ ਦਾ ਫਿਰ ਧੋਂ ਤੋਂ ਜਿਹੜਾ ਬਾਕੀ ਕੋਲਾ ਵਾ ਜੂ ਉਹਦਾ ਭਾਰ ਮੰਨਾਂਗੇ ਜਾਂ ਜਿੰਨਾ ਸਾਫਤ ਭਾਰ ਜਾਂਦਾ ਸੀ ਭਾਰ ਉਹਦਾ ਮੰਨਾਂਗੇ ਪਰ ਉਹਨੂੰ ਧੋਦਾਂਗੇ ਤੁਹਾਡਾ ਦੇਖੋ ਫਰਕ ਹੈ ਦੋਹਾਂ 'ਚ ਫਿਰ ਕੋਲਾ ਕੁਆਲਿਟੀ ਕਹੀ ਜੂ ਉਹਦੇ ਕਿੰਨੀ ਕੈਲੋਰੀ ਫਿਕਵੇ ਜੂ ਕਹਿੰਦੇ ਆ ਅਸੀਂ ਇਹਨੂੰ ਸਾਇੰਸ ਦੀ ਭਾਸ਼ਾ ਚ ਬਗਿਆਨ ਦੀ ਭਾਸ਼ਾ ਚ ਵੀ ਹੁਣ ਇੱਕ ਕੋਲਾ ਹੈਗਾ ਜਿਹੜਾ 100 ਕੈਲੋਰੀ ਦਿੰਦਾ ਮੰਨ ਲਓ ਉਹਨੇ ਮਾਲ ਚੋਂ ਦੂਜਾ 50 ਦਿੰਦਾ ਹੁਣ ਜਿਹੜਾ 50 ਦੇ ਨਾਲ ਉਹਦੇ 100 ਵਾਲਾ ਤਾਂ ਮਿਲ ਨਹੀਂ ਹੋ ਸਕਦਾ ਨਾ ਠੀਕ ਉਹ ਤਾਂ ਤਾਪ ਨੂੰ ਗਰਮ ਕਰਨ ਵਾਸਤੇ ਚਾਹੀਦਾ ਜੇ ਗਰਮ ਕਰਨ ਵਾਸਤੇ ਦੁੱਗਣਾ ਕੋਲਾ ਲੱਗਣਾ ਹੈ ਤੇ ਫਿਰ ਉਹਦਾ ਭਾਅ ਘੱਟ ਹੋਣਾ ਚਾਹੀਦਾ ਕੋਈ ਨਾ ਕੋਈ ਸੋ ਇਹ ਕੋਲਾ ਕਹਿੰਦਾ ਇਹਦਾ ਮਤਲਬ ਬਿੰਦੂ ਕੁਰੀ ਅਨਪੜਵੰਦ ਦੇਵੀ ਇਹੋ ਸਮਝਉਂਦਾ ਨਹੀਂ ਕਹਿੰਦਾ ਉਹ ਇੱਕ ਇਹ ਵੱਡੀ ਉਹਦੇ ਵਿੱਚ ਗੱਲ ਕੋਈ ਇੰਦਨ ਵਾਸਤੇ ਇਸੇ ਤਰ੍ਹਾਂ ਹੀ ਉਹਦੇ ਵਿੱਚ ਕੋਈ ਇਹ ਮਦ ਨਹੀਂ ਪਾਈ ਡਿਵਾਈਟ ਪੇਪਰ ਚ ਇਹਨਾਂ ਨੇ ਸਪਸ਼ਟ ਕਰਤਾ ਕਿ ਵੀ ਅਸੀਂ ਸਮਝੌਤੇ ਨੂੰ ਮੋੜ ਨਜ਼ਰਸਾਨੀ ਕਰ ਸਕਦੇ ਆ ਅਸੀਂ ਦੁਬਾਰਾ ਸਮਝੱਤਾ ਕਰ ਸਕਦੇ ਆ ਪਹਿਲੇ ਨੂੰ ਛੱਡ ਕੇ ਜੇ ਸਾਡੀਆਂ ਕੋਈ ਜੇ ਤੁਸੀਂ ਚਾਲੂ ਨਹੀਂ ਕਰੋਗੇ ਐਨਏਚਰ ਚ ਤਾਂ ਅਸੀਂ ਇਹ ਸਮਝੌਤੇ ਨੂੰ ਰੱਦ ਸਮਝਾਂਗੇ ਐਨਾ ਤੋਂ ਤੁਹਰ ਜਾਨਾ ਵੀ ਲਵਾਂਗੇ ਕਿਉਂਕਿ ਜੇ ਸਮਝੱਤਾ ਮੈਂ ਕਰਿਆ ਹੈ ਜੋ ਮੌਕੇ ਤੇ ਆਗਲਾ ਕਹਿੰਦੇ ਚੰਗਾ ਜੀ ਮੈਂ ਮੇਰੇ ਤੋਂ ਤਾਂ ਹੋਇਆ ਨਹੀਂ ਤੁਸੀਂ ਰੱਦ ਕਰ ਦਿਓ ਵੀ ਮੈਂ ਜਿਹੜਾ 6 ਮਹੀਨੇ ਮੈਂ ਆਪਦਾ ਦੁਖੀ ਹੁੰਦਾ ਰਿਹਾ ਮੈਂ ਹੋਰ ਨਾਕ ਪ੍ਰਬੰਧ ਕਰ ਲੈਂਦਾ ਇਹ ਤਾਂ ਕਿਸੇ ਨੂੰ ਹੱਕ ਨਹੀਂ ਨਾ ਵੀ ਮੌਕੇ ਤੇ ਕਹਿੰਦੇ ਚੰਗਾ ਜੀ ਤੁਸੀਂ ਰੱਦ ਕਰ ਦਿਓ ਕੱਲਾ ਰੱਦ ਕਰਨੇ ਜੀ ਜੁਰਮਾਨਾ ਹੁੰਦਾ ਸੋਚ ਲਿਖਿਆ ਕਿਤੇ ਨਹੀਂ ਵੀ ਜੇ ਤੁਸੀਂ ਲੇਟ ਸ਼ੁਰੂ ਕਰੋਗੇ ਫਿਰ ਇਹ ਕਿਤੇ ਨਹੀਂ ਲਿਖਿਆ ਵੀ ਤੁਸੀਂ ਸ਼ੁਰੂ ਕਰਦੇ ਆ ਤੁਸੀਂ ਉਹ ਪੂਰਾ ਚੜਾਓਗੇ ਜੇ ਉਹਨਾਂ ਨੂੰ ਲੱਗਦਾ ਹੈ ਵੀ ਹੁਣ ਮਹਿੰਗੀ ਪੈ ਰਹੀ ਹੈ ਬਿਜਲੀ ਸਾਨੂੰ ਤੇ ਵੇਚਣੀ ਸਸਤੀ ਪੈਣੀ ਹੈ ਸਟੇਟ ਨੂੰ ਉਹ ਕਹਿੰਦੇ ਇਸ ਦਾ ਪ੍ਰੋਡਕਸ਼ਨ ਹੀ ਘੱਟ ਕਰਾਂਗੇ ਇਹ ਕਿਤੇ ਨਹੀਂ ਕਿਹਾ ਇਹ ਵੀ ਤੁਸੀਂ ਇੰਨੇ ਪਰਸੈਂਟ ਜ਼ਰੂਰ ਚਲਾਓਗੇ ਇਹ ਦਿੱਖਦਾ ਵੀ ਜਿੰਨੀ ਬਿਜਲੀ ਦੀ ਕੈਪੈਸਿਟੀ ਹੈ ਤੁਹਾਡੀ ਜਿਵੇਂ 1960 ਮੈਗਾ 80 ਮੈਗਾਵਾਟ ਦਾ ਹੈ ਤਲਵੰਡੀ ਸਾਬੋ ਵਾਲਾ ਆ ਜਿਹੜਾ ਨਲਾਸ ਵਾਲਾ ਇਹ ਤਕਰੀਬਨ ਕਹਿ ਲੋ ਵੀ 1300 ਮੈਗਾਵਾਟ ਦਾ ਹੈ ਕਿ ਉਹ ਜਿਹੜਾ ਹੈਗਾ ਆਪਣਾ ਗੋਇੰਦਵਾਲ ਵਾਲਾ ਉਹ ਕਿੰਨਾ ਮੈਗਾਵਾਟ ਦਾ ਕਹਿ ਲੋ ਵਾਟਸਾ ਸੋ 3400 ਵਾਟੇ ਟੋਟਲ ਨੇ ਉਹ ਨਹੀਂ ਕਿਤੇ ਲਿਖਾਈ ਨਹੀਂ ਵੀ ਤੁਸੀਂ 3900 ਦਾ 3900 ਪੈਦਾ ਕਰੋਗੇ ਜਾਂ ਤੁਸੀਂ 2000 ਕਰੋਗੇ ਜਾਂ 1500 ਕਰੋਗੇ ਫਿਰ ਇਹ ਨਹੀਂ ਲਿਖਿਆ ਕਿਤੇ ਵੀ ਜਦ ਸੀਜ਼ਨ ਹੋਊ ਜਾਂ ਸਾਨੂੰ ਜ਼ਿਆਦਾ ਲੋੜ ਹੁੰਦੀ ਹੈ ਉਦੋਂ ਕਿੰਨਾ ਪੈਦਾ ਕਰੋਗੇ ਜਾਂ ਸਾਨੂੰ ਲੋੜ ਹੋਵੇ ਉਦੋਂ ਕਹਦੇ ਆਂ ਜੀ ਸਾਡੇ ਕੋਲ ਤਾਂ ਵੀ ਨਹੀਂ ਸਭ ਤਾਂ ਪੈਦਾ ਨਹੀਂ ਹੁੰਦੀ ਸਾਡਾ ਤਾਂ ਬਾਇਦਾ ਸਾਡਾ ਤਾਂ ਭਲਾਣਾ ਹੋ ਗਿਆ ਸੋ ਉਹ ਜਿਹੜਾ ਸਮਝੌਤਾ ਜਮਾ ਅਨਪੜ੍ਹ ਬੰਦੇ ਕਰਦੇ ਨੇ ਆਮ ਤੌਰ ਤੇ ਮੈਂ ਦੇਖਿਆ ਉਹੀ ਜਦ ਮੈਂ ਪਿੰਡਾਂ ਦੇ ਵਿੱਚ ਅਨਪੜ੍ਹ ਕਿਸਾਨਾਂ ਨੂੰ ਜ਼ਮੀਨ ਠੇਕੇ ਤੇ ਦਿੰਦੇ ਪਿੱਸੇ ਤੇ ਦਿੰਦੇ ਉਹਦੇ ਚੋ ਬਾਗਾ ਦਾ ਲਿਖਦੇ ਸੀ ਵੀ ਜੇ ਬੀਜ ਪਾਏਗਾ ਇਹ ਤੇਰਾ ਹੋਏਗਾ ਆ ਚੀਜ਼ੇ ਅੱਧੇ ਪੈਸੇ ਦੇਵਾਗਾ ਜਿਹੜਾ ਜ਼ਮੀਨ ਦਾ ਮਾਲਕ ਹੈ ਤੇ ਵਾਹਕ ਹੈ ਦੋਹਾਂ ਨੇ ਫੈਸਲਾ ਕਰਨਾ ਨਾ ਉਹਦੇ ਚੋ ਲਿਖਦਾ ਸੀ ਵੀ ਜੇ ਤੂੰ ਦਿਹਾੜੀਆਂ ਲੈ ਕੇ ਜਾਵੇਂ ਉਹਦੇ ਪੈਸੇ ਤੂੰ ਦੇਵੇਂਗਾ ਕਿਉਂਕਿ ਮੈਂ ਤੈਨੂੰ ਬੋਹਣ ਵਾਸਤੇ ਇੱਥੇ ਜ਼ਿੰਮੇਵਾਰੀ ਚੇਰੀ ਹੈ ਇਹ ਨਹੀਂ ਵੀ ਤੂੰ ਖੇਤੀ ਦਿਹਾੜੀਆਂ ਤੋਂ ਕਰਾਈ ਜਾਵੇਂ ਮੁੜ ਕੇ ਕਹਿੰਦੇ ਦੇ ਐਨੇ ਪੈਸੇ ਲੱਗੇ ਸਹ ਇਹ ਗੱਲ ਵੀ ਖੀ ਹੁੰਦੀ ਸੀ ਸੀਰੀ ਲੱਲਦਾ ਸੀ ਉਹਦੇ ਵਿੱਚ ਲਿਖਿਆ ਹੁੰਦਾ ਸੀ ਵੀ ਜ਼ਮੀਨ ਚੋਂ ਤੈਨੂੰ ਇੰਨਾ ਹਿੱਸਾ ਫਿਰ ਜੇ ਦੋ ਬਲਦ ਨੇ મત ਬਲਦਾਂ ਦੀ ਜੋੜੀ ਹੈ ਜਾਂ ਇੱਕ ਨਾਲ ਉੱਠਵੀ ਹੈ ਫਿਰ ਲਿਖਿਆ ਹੁੰਦਾ ਵੀ ਦੇਖੋ ਉਹ ਵੀ ਮੇਰੇ ਪਸ਼ੂ ਕੰਮ ਕਰਦੇ ਨੇ ਭਾਈ ਤੇਰਾ ਹਿੱਸਾ ਥੋੜਾ ਘੱਟ ਹੋਊਗਾ ਕਿ ਤੂੰ ਤਾਂ ਬੰਦਾ ਇੱਕ ਹੈ ਨਾ ਸੋ ਹਰ ਗੱਲ ਦੀ ਤੈਅ ਹੁੰਦੀ ਸੀ ਉਹਦੇ ਚ ਉਹ ਜਿਹੜੇ ਅਨਪੜ੍ਹ ਬੰਦੇ ਹੋ ਜਿਹਾਂ ਗੱਲਾਂ ਤੈਅ ਕਰ ਲੈਂਦੇ ਸੀ ਇਹ ਬੜੇ ਲਿਖੰਨੇ ਨਹੀਂ ਕਰੀਆਂ ਉਹ ਕਿਉਂ ਨਹੀਂ ਕਰੀਆਂ ਕਿਵੇਂ ਨਹੀਂ ਕਰੀਆਂ ਇਹ ਬੜੀ ਵੱਡੀ ਗੱਲ ਹੈ ਇਹ ਪੰਜਾਬ ਨਾਲ ਬੜਾ ਵੱਡਾ ਧੋਖਾ ਹੋਇਆ ਹੈ ਇਹ ਇੱਕ ਅਫਸਰ شاہੀ ਵੀ ਜ਼ਿੰਮੇਵਾਰ ਹੈ ਕਿਉਂਕਿ ਅਫਸਰ شاہੀ ਨੇ ਫਾਇਲਾਂ ਦੇ ਉੱਤੇ ਲਿਖਣਾ ਬੰਦਾ ਸੀ ਕਿ ਜੀ ਜੇਕਰੋਗੇ ਤੁਹਾਡੀ ਮਰਜ਼ੀ ਹੈ ਇਹ ਹੈ ਗਲਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਵੱਡੇ ਪੱਧਰ ਤੇ ਅਫਸਰ ਵੀ ਜ਼ਿੰਮੇਵਾਰ ਨੇ ਸਿਆਸਤਦਾਨ ਵੀ ਜ਼ਿੰਮੇਵਾਰ ਨੇ ਇੱਕ ਗੱਲ ਦੂਜੀ ਗੱਲ ਇਹਦੇ ਵਿੱਚ ਜਿਹੜੇ ਮੌਜੂਦਾ ਸਿਆਸਤਦਾਨ ਨੇ ਉਹਨਾਂ ਨੇ ਕੀ ਕਰਿਆ ਕੋਈ ਵੀ ਜਿਹੜਾ ਸਮਝੌਤਾ ਇਹ ਜਾ ਹੁੰਦਾ ਹੈ ਇਹਨੂੰ ਅਸੀਂ ਕਹਿੰਦੇ ਆ ਵੀ ਇਹ ਲੋਕ ਕਚੈਰੀ ਚ ਰੱਖਣਾ ਪਬਲਿਕ ਡੋਮੇਨ ਅੰਗਰੇਜ਼ੀ ਚ ਕਹਿੰਦੇ ਨੇ ਆਪਾਂ ਆਮ ਕਹਿੰਦੇ ਆ ਵੀ ਲੋਕ ਕਚੈਰੀ ਚ ਰੱਖੋ ਉਹ ਵਾਈਡ ਦਾ ਜਾਰੀ ਕਰਤਾ ਨੌ ਪੰਨਿਆਂ ਦਾ ਉਹਦੇ ਨਾਲ ਹੀ ਸਮਝੌਤੇ ਦੀ ਕਾਪੀ ਨਹੀਂ ਲਾਈ ਵੀ ਆ ਸਮਝੌਤੇ ਸੀ ਭਾਈ ਜਿੰਨਾਂ ਤੇ ਅਸੀਂ ਆ ਉਤਰੀ ਟਿੱਪਨੀਆਂ ਦਿੱਤੀਆਂ ਨੇ ਤਾਂ ਕਿ ਕੋਈ ਪੜ੍ਹ ਕੇ ਕਿੰਤੂ ਪਰੰਤੂ ਕਰ ਸਕੇ ਵੀ ਜੋ ਉਹਦੇ ਤਾਂ ਲਿਖਿਆ ਤੁਸੀਂ ਤਾਂ ਐਂ ਲਿਖਿਆ ਹੁਣ ਆਪਾਂ ਨੂੰ ਜੋ ਨੌ ਪੰਨਿਆਂ ਚ ਦਿਖਦਾ ਜਾਂ ਉਹਨੂੰ ਸੱਚ ਮੰਨਾਂਗੇ ਜਾਂ ਅੱਧਾ ਸੱਚ ਮੰਨਾਂਗੇ ਜਾਂ ਝੂਠ ਮੰਨਾਂਗੇ ਕੀ ਕਹਾਂਗੇ ਸਾਡੇ ਕੋਲ ਕਸੌਟੀ ਤਾਂ ਕੋਈ ਛੱਡੀ ਨਹੀਂ ਕਸੌਟੀ ਦੇ ਨਹੀਂ ਸੀ ਨਾ ਕਿ ਅਸੀਂ ਇਹਨੂੰ ਐਂ ਸਮਝ ਲਿਆ ਆ ਪਈਏ ਕਸੌਟੀ ਜਿਹਦੇ ਆਧਾਰ ਤੇ ਸੀ ਇਹ ਟੈਸਟ ਕਰਿਆ ਤੁਸੀਂ ਵੀ ਕਰ ਲੋ ਉਹ ਦਿੱਤੀ ਨਹੀਂ ਜਿਹੇ ਸਮਝੌਤੇ ਅੱਜ ਤੱਕ ਇਹਨਾਂ ਨੂੰ ਚਾਹੀਦਾ ਸੀ ਚਾਹੇ ਪਹਿਨਾ ਕੈਪਟਨ ਸਾਹਿਬ ਸੀਗੇ ਚਾਹੇ ਹੁਣ ਚੰਨੂ ਸਾਹਿਬ ਨੇ ਚਾਹੇ ਕੋਈ ਵੀ ਹੋਵੇ ਇਹ ਹੋਵੇ ਬੀ ਹੋਵੇ ਜਿਹੜਾ ਮੰਤਰੀ ਦਾ ਪ੍ਰਚੇਦ ਉਹ ਹੀ ਆ ਬਹੁਤੀ ਇਹਨਾਂ ਨੂੰ ਚਾਹੀਦਾ ਸੀ ਪਬਲਿਕ ਡੋਮੇਨ ਚ ਪਾ ਦੇ ਨੇ ਇਹਨਾਂ ਕਾਢੀਆਂ ਨਹੀਂ ਨੀ ਪਾਈ ਮੰਗਿਆ ਵੀ ਕਾਦੀ ਬੀਜਪੀ ਨੇ ਨਹੀਂ ਪਾਈ ਉਹਨੇ ਤਾਂ ਖਰਾਬ ਕਰੀ ਸੀ ਚਲੋ ਪਾਏ ਮੰਨ ਲਈ ਦੋ ਘੜੀ ਤੇ ਫਿਰ ਇਹਨਾਂ ਨੇ ਕਿਉਂ ਨਹੀਂ ਪਾਈ ਬਈ ਇਨਾਂ ਦਾ ਕੀ ਹਿੱਤ ਸੀ ਨਿੱਜੀ ਕੀ ਲੋਕਾਂ ਦੱਸ ਦੇਣੀ ਵੀ ਸਮਝਦਾ ਤਾਂ ਹੈ ਕੀ ਅਸਲ ਚ ਗੋਲ ਘੜੀ ਗਏ ਨਹੀਂ ਰੱਦ ਹੋਣਾ ਕਾ ਆਏ ਹੋ ਜੂ ਕਾਨੂੰਨ ਹੋ ਜੂ ਫਰਾਨਾ ਹੋ ਜੂ ਭਾਈ ਤੁਸੀਂ ਲੋਕਾਂ ਦੀ ਕਚਹਿਰੀ ਚ ਰੱਖ ਦੋ ਬਾਕੀ ਲੋਕ ਵੀ ਤਾਂ ਇਨੇ ਹੈਗੇ ਨੇ ਉਹਨਾਂ ਕੋਲ ਵਕੀਲ ਹੈਗੇ ਨੇ ਸਿਆਣੇ ਬੁੱਧੀਜੀਵੀ ਹੈਗੇ ਨੇ ਪੜ੍ਹ ਕੇ ਜਿਹੜੇ ਸਮਝ ਸਕਦੇ ਨੇ ਵੀ ਨੇ ਯਾਰ ਇਹ ਚੈਡੀ ਕਰਨੀ ਮੈਂ ਕਿਉਂ ਕਹਿਣਾ ਇਹ ਲੋਕ ਕਚਹਿਰੀ ਜਾਣਾ ਜ਼ਰੂਰੀ ਕਿਉਂ ਹੈ ਮੈਂ ਉਹ ਕੇਸ ਜਿਹੜੇ ਬਿਊਰੋਕ੍ਰੇਸੀ ਨੇ ਕਿਹਾ ਵੀ ਇਹ ਤਾਂ ਆਪਾਂ ਜਿੱਤੇ ਨਹੀਂ ਸਕਦੇ ਵੱਡੇ ਵੱਡੇ ਵਕੀਰਾਂ ਨੇ ਕਿਹਾ ਇੱਕ ਤਾਂ ਬਹੁਤ ਵੱਡੇ ਵਕੀਲ ਜਿਨ੍ਹਾਂ ਨੇ ਸਾਨੂੰ 15 ਮਿੰਟ ਰਾਏ ਦੇਣ ਦਾ 1999 ਚੱਕ ਕੇ 2000 ਤੇ 11000 ਰੁਪਏ ਲਿਆ 15 ਮਿੰਟ ਰਾਏ ਦਾ 11000 2000 ਚ ਸੰਚ ਉਹਨਾਂ ਨੇ ਕਿਹਾ ਤੁਸੀਂ ਕੇਸ ਜਿੱਤ ਨਹੀਂ ਸਕਦੇ ਅਸੀਂ ਪਹਿਲੀ ਪੇਸ਼ੀ ਸਟੇਜ ਲਏਗੇ ਬੰਦੀ ਲੈਗੇ ਅਗਲੀ ਪੇਸ਼ੀ ਕੇਸ ਜਿੱਤ ਕੇ ਆਏ ਔਰ ਉਹ ਜਿਨ੍ਹਾਂ ਨੇ ਸਾਨੂੰ 11000 ਰੁਪਏ ਆ ਉਹ ਦੂਜੀ ਪਾਰਟੀ ਦਾ ਵਕੀਲ ਬਣ ਗਿਆ ਅਸੀਂ ਉਹਨੂੰ ਆਖਿਆ ਵੀ ਸਰਕਾਰ ਦਾ ਵਕੀਲ ਬਣ ਜਾ ਤੂੰ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਉਹ ਦੂਜੀ ਪਾਰਟੀ ਦਾ ਵਕੀਲ ਬਣ ਗਿਆ ਔਰ ਅਸੀਂ ਕੋਈ ਸਪੈਸ਼ਲ ਵਕੀਲ ਨਹੀਂ ਕਰਿਆ ਕਿਉਂਕਿ ਜਿਹੜਾ ਸਪੈਸ਼ਲ ਵਕੀਲ ਅਸੀਂ 70000 ਦਿੱਤੀ ਸੀ ਦੇ ਕੇ ਕਰਿਆ ਉਹ ਟਾਈਮ ਤੇ ਪਹੁੰਚਿਆ ਨਹੀਂ ਪਰ ਅਸੀਂ ਕੇਸ ਐਸਾ ਪ੍ਰੋਸਟਾ ਬਣਾਇਆ ਸੀ ਜਿਹੜਾ ਵਕੀਲ ਜਿਹਨੂੰ ਆਨ ਰਿਕਾਰਡ ਕਹਿੰਦੇ ਨੇ ਉਹ ਨਹੀਂ ਕੇਸ ਜਿੱਤਦੇ ਮੈਂ ਕਿਹਾ ਤੂੰ ਆ ਗੱਲ ਕਹਦੇ ਜਾਵੇਂ ਇਦੀ ਕੋਈ ਗਲਤੀ ਨਹੀਂ ਔਰ ਕੇਸ ਮੈਂ ਖੁਦ ਲਖਾਇਆ ਸੀ ਮੈਂ ਕਹੇ ਇਹ ਕਹਿੰਦਾ ਵੀ ਬਹੁਤ ਵਾਰੀ ਵੱਡੇ ਵੱਡੇ ਮਹਾਰ ਵੱਡੇ ਵੱਡੀਆਂ ਗੱਲਾਂ ਹੁੰਦੀਆਂ ਨੇ ਪਰ ਜੇ ਪਾਬਲਿਕ ਡੋਮੇਨ 'ਚ ਹੋਵੇ ਸੌਧਰਾਂ ਦੀ ਰਾਏ ਆਉਂਦੀ ਆ ਕੋਈ ਕਹਿੰਦਾ ਯਾਰ ਇਹ ਗੱਲ ਆਈ ਨਹੀਂ ਠੀਕ ਆਈ ਨਹੀਂ ਠ ਮੈਂ ਐਂਕਰ ਦੇ ਵਾਰੀ ਇਹ ਦੇਖੀ ਇੱਕ ਤਾਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੱਤੀ ਆ ਤਾਂ ਕਿ ਲੰਬਾ ਨਾ ਹੋਵੇ ਕੰਮ ਸੋ ਸਰਕਾਰਾਂ ਦੇ ਵਿੱਚ ਤੁਸੀਂ ਕਾਗਜ਼ੀ ਲੋਕਾਂ ਦੇ ਸਾਹਮਣੇ ਰੱਖ ਲੋ ਜਦ ਤੁਸੀਂ ਕੁਝ ਲੁਕੋਣਾ ਨਹੀਂ ਤੁਸੀਂ ਬੁੱਕਲ ਤੇ ਗੁੱਡ ਨਹੀਂ ਭੰਨਣਾ ਤੁਸੀਂ ਕਹੋ ਦਾ ਭਾਈ ਆ ਤੇ ਆ ਤੁਸੀਂ ਦੇਖ ਲੋ ਸਾਨੂੰ ਕੀ ਚੜਾ ਜਾਏ ਤੇ ਮੈਂ ਐਗਰੀਗਲਡ ਵੀ ਕਿਉਂ ਕਹਦਾ ਮੈਂ ਬਾਬਾ ਫਰੀਦ ਯੂਨੀਵਰਸਿਟੀ ਰਜਿਸਟਰਾਰ ਹਾਂ ਤੁਹਾਨੂੰ ਪਤਾ ਹੈ ਚੜ ਲਗਣ ਤੋਂ ਪਹਿਲਾਂ ਮੈਂ ਨਹਿਕ ਵਿੱਚ ਸੀ medical education 'ਚ ਮੈਂ ਉਦੋਂ ਦੇ ਵਾਈਸ ਚਾਂਸਲ ਨੂੰ ਕਿਹਾ ਕਰਾਂ ਵੀ ਤੁਸੀਂ ਬੱਚੇ ਨੂੰ ਪਰਚਾ ਦਿਖਾ ਦੇ ਕਰੋ ਬੱਚੇ ਰੌਲਾ ਪਾਉਂਦੇ ਨੇ ਵੀ ਸਾਡੇ ਤਾਂ ਜੀ ਨੰਬਰ ਹੀ ਗਲਤ ਲੱਗ ਜਾਂਦੇ ਨੇ ਤੁਸੀਂ ਉਹਨੂੰ ਪਰਚਾ ਦਿਖਾ ਦਿਓ ਲੈ ਭਾਈਆ ਤੇਰੇ ਹੀ ਪਰਚਾ ਦੇਖ ਲੈ ਅਸੀਂ ਪਰਚਾ ਬਦਲਿਆ ਨਹੀਂ ਤੂੰ ਦੇਖ ਲੈ ਸੀ ਇੱذ ਵਿੱਚ ਕੋਈ ਗਲਤ ਨਹੀਂ ਕਰੀ ਉਹ ਤਾਂ ਕਹਿੰਦਾ ਚੋਰੀ ਕਰਕੇ ਪਾਸ ਜਾਣਗੇ ਕਿਵੇਂ ਭੱਜਣਗੇ ਫਿਰ ਮੈਂ ਉਹਨਾਂ ਨੂੰ ਇਹ ਵੀ ਆਖਿਆ ਮੈਂ ਕਿ ਤੁਸੀਂ ਵੱਡੀ ਸਕਰੀਨ ਤੇ ਪ੍ਰੋਜੈਕਟ ਕਰ ਦਿਓ ਨਹੀਂ ਨਹੀਂ ਉਹ ਹੋ ਜੂ ਫਲਾਣਾ ਹੋ ਜੂ ਕਿਉਂਕਿ ਇਹ ਲਿਆ ਫਿਰ ਯਾਦ ਕਰਦੇ ਸੀ ਜਿੱਦ ਮੈਂ ਰਿਜਿਸਟਰਰ ਗਿਆ ਪਹਿਲਾ ਕੰਮ ਕਰਤਾ ਵੀ 10000 ਰੁਪਏ ਭਰੋ ਆਪਣਾ ਪਰਚਾ ਆਪੇ ਦੇਖ ਲਓ ਜੇ ਮਾਰਕ ਕਰਨਾ ਹੈ ਹਾਲਾਂਕਿ ਰੀਮਾਰਕਿੰਗ ਦਾ ਰੂਲ ਕੋਈ ਨਹੀਂ ਸੀ ਯੂਨੀਵਰਸਿਟੀ ਚ ਮੈਂ ਕਿਹਾ ਤਾਂ ਟਿਕਨੇ ਗੰਨੇ ਨਹੀਂ ਰੀਮਾਰਕਿੰਗ ਕਿੱਥੋਂ ਹੋਗੀ ਇਹ ਤਾਂ ਮਾਰਕਿੰਗ ਤਾਂ ਹੋਈ ਹੀ ਨਹੀਂ ਤਾਂ ਕੰਪਿਊਟਰ ਨੇ ਭੜੇ ਮੈਨੂੰ ਆਏ ਇੰਟਰਪ੍ਰੀਟ ਕਰਿਆ ਕਿ ਜੀ ਨੇ ਆਪਦੀ ਮਾਰਕਿੰਗ ਆਪ ਕਰਨੀ ਹੈ ਦੇਖਣਾ ਵੀ ਮਾਰਕਿੰਗ ਹੋਈ ਕਰਨੀ ਹੈ ਜੀ ਨੇ ਦੁਬਾਰਾ ਮਾਰਕਿੰਗ ਕਰਾਉਣੀ ਪੈਣਾ ਤਾਂ ਸਾਤ ਪਉ ਵੀ ਤੁਸੀਂ ਦੁਬਾਰਾ ਮਾਰਕਿੰਗ ਕਰਕੇ ਦੇਖ ਲਓ ਉਹਦਾ 10000 ਰੁਪਿਆ ਜੀ ਨੇ ਪਰਚਾ ਦੇਖਣਾ ਉਹਦਾ 10000 ਪਰ ਜਿਹਨੇ ਦੋਨੇ ਗੱਲਾਂ ਕਰਦੀਆਂ ਨੇ ਹੈ ਉਹ 15000 ਦੇ ਦੇ ਕਿਉਂਕਿ ਅਸੀਂ ਤਾਂ ਪਰਚਾ ਕੱਢ ਲਈ ਹੈ ਕਾ ਅਧିକੇ ਉਹਦੀ ਰੀਮਾਰਕਿੰਗ ਕਰਾਂਗੇ। ਉਹ ਆਪ ਕਰ ਲੈ ਚਾਹੇ ਕੋਲ ਬੈਠ ਕੇ ਵਿਆਹ ਪਈਆ ਕੀ ਤੂੰ ਦੇਖਣਾ ਭਾਈ ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਮੇਰੀ ਲੋੜ ਹੈ ਐਜ਼ ਰਜਿਸਟਰਰ ਕਿ ਮੈਂ ਲੋਕਾਂ 'ਚ ਇੱਕ ਯਕੀਨ ਬਣਾਵਾਂ ਕਿ ਪਹਿਨਾ ਭਾਈ ਚਾਹੇ ਹਰਾ ਫੇਰੀ ਹੁੰਦੀ ਸੀ ਮੈਂ ਬੜਾ ਸੱਚਾ ਸੱਚਾ ਆਹ ਲਓ ਚੱਕੋ ਤੁਹਾਡੇ ਸਾਹਮਣੇ ਹੈ। ਹੁਣ ਅਕਾਲੀਆਂ ਨੇ ਮੰਨ ਲਿਆ ਵੀ ਹਰਾ ਫੇਰੀ ਕਰ ਲਈ ਭਾਜਪਾ ਨੇ। ਕਾਂਗਰਸੀ ਦਾ ਜ਼ਿੰਮੇਵਾਰੀ ਸੀ ਨਾ ਵੀ ਲੋਕਾਂ ਨੂੰ ਯਕੀਨ ਦਿਵਾਉਣਾ ਵੀ ਸਾਡੇ ਭਾਈ ਅਸੀਂ ਬੜੇ ਦੁੱਧ ਪਤਾ ਆਹ ਪਿਆ ਤੁਸੀਂ ਦੇਖ ਲਓ ਕੀ ਕਰਨਾ। ਕਿਉਂ ਨਹੀਂ ਸਹਿ ਇਹ ਇਹਨਾਂ ਦੇ ਹਿੱਟੇ ਇਨਾਂ ਦੇ ਵੀ ਨੇ। ਆ ਦੇ ਹੈ ਸਾਨੂੰ ਇਹ ਸਮਝੌਤਿਆਂ ਬਾਰੇ ਦੇਖਣੀ ਚਾਹੀਦੀ ਹੈ ਜਿਹੜੇ ਨਾਲ ਨੋਟਿਸ ਤੇ ਸੀ ਉਹ ਸਟੇ ਹੋਗੇ ਹੋਲ ਹੋਗੇ ਇਹਦਾ ਵੀ ਮੇਰਾ ਤਜਰਬਾ ਇਹ ਹੈ ਵੀ ਜੇ ਤੁਸੀਂ ਕੱਚਾ ਜਿਹਾ ਨੋਟਿਸ ਦਿਓ ਉਹ ਨੋਟਿਸ ਹਮੇਸ਼ਾ ਹੀ ਇਹੋ ਜੇ ਰਿਜ਼ਲਟ ਲੈ ਕੇ ਆਏਗਾ ਸਰ ਦਮੋਦਰ ਵੈਲੀ ਵਾਲੇ ਵੀ ਤਾਂ ਸਟੇ ਹੋ ਹੀ ਗਏ ਨੋਟਿਸ ਜਿਹੜੇ ਉਹ ਜੇ ਜੇ ਤੁਸੀਂ ਪੱਕੇ ਪੈਰੀ ਨੋਟਿਸ ਦਿਓਗੇ ਠੀਕ ਤਰੀਕੇ ਦਾ ਨੋਟਿਸ ਦਿਓਗੇ ਆਪਾਂ ਦੇਖੋ ਬਰਗਟ ਸਿੰਘ ਦੀ ਇਮਾਨਦਾਰੀ ਤੇ ਤਾਂ ਕੋਈ ਸ਼ੱਕ ਨਹੀਂ ਕਰ ਸਕਦਾ ਹਜੇ ਤੱਕ ਤਾਂ ਐਟਲੀਸਟ ਮੈਂ ਤਾਂ ਨਹੀਂ ਕਰਦਾ ਨਹੀਂ ਮੈਂ ਵੀ ਨਹੀਂ ਕਰਦਾ ਜੀ ਅੰਕਦੇਵ ਵੀ ਮੈਨੂੰ ਕੋਈ ਸ਼ੱਕ ਨਹੀਂ ਪਰ ਧਿਰੋਕ੍ਰੇਸੀ ਕਹੀ ਜੀ ਆਪਾਂ ਲੈਕਚਰ ਨਾਲੇ ਮਾਮਲੇ ਚ ਦੇਖਿਆ ਗਿਆ ਕੀ ਕੁਝ ਹੋਇਆ ਪਿਆ ਅੱਜ ਈਟੀਟੀ ਟਿਚਰਾਂ ਚ ਵੀ ਇਹੀ ਕੁਝ ਹੋਇਆ ਪਿਆ ਕਿਉਂਕਿ ਵੀ ਆਲੇ ਕਹਿੰਦੇ ਸਾਨੂੰ ਡਾਓ ਸੋ ਜਦ ਤੁਸੀਂ ਜਿਹੜੀ ਤੁਹਾਡੇ ਕੋਲੇ ਮਸ਼ੀਨਰੀ ਆ ਉਹਨੂੰ ਪਤਾ ਕੁਝ ਨਹੀਂ ਉਹ ਕਰਦੀ ਕੁਝ ਨਹੀਂ ਤੁਸੀਂ ਆਪ ਉਹਨਾਂ ਜੋੜ ਨਹੀਂ ਲਾਉਂਦੇ ਆਲੇ ਡਾਲਿਓ ਹੋਰ ਕਿਉਂਕਿ ਸਾਡੀ ਵਿਅਕਤੀ ਬਹੁਤ ਘਟ ਗਈ ਹੈ ਸਮਝਦਾ ਸਾਬ ਵਿਅਕਤੀ ਰਹੀ ਨਹੀਂ ਮੈਨੂੰ ਕੀ ਗੱਲ ਹੈ ਵੀ ਮੈਨੂੰ ਤੈਰਨਾ ਨਹੀਂ ਆਉਂਦਾ ਤੇ ਜੇ ਮੈਂ ਪਾਖੜਾ ਛਾਲ ਮਾਰ ਫਿਰ ਤਾਂ ਮੈਂ ਡੁੱਬੂਗਾ ਹੀ ਨਾ ਤੇ ਲੋਕਾਂ ਨੂੰ ਕੀ ਆਹ ਅੰਦਾ ਅੱਗੂ ਜੇਤੀ ਇੱਕ ਉਪਾਦਰ ਜਾਣ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਮੈਂ ਤਾਂ ਸਕੂਟਰ ਵੀ ਨਹੀਂ ਚਲਾਉਣਾ ਆਉਂਦਾ ਹੁਣ ਜਿਹੜੇ ਕਾਰ 'ਚ ਮੈਂ ਬੈਠ ਕੇ ਡਰਾਈਵ ਕਰਨ ਲੱਗਾਗੇ ਵੀ ਮੈਂ ਤਾਂ ਵੱਡਾ ਸਰਜਨਾ ਜੀ ਹੈ ਤੇ ਫਿਰ ਉਹ ਐਕਸੀਡੈਂਟ ਹੋ ਕੇ ਬੰਦਾ ਮਰੂਗਾ ਹੀ ਨਾ ਕਿਉਂਕਿ ਮੈਨੂੰ ਚਲਾਉਣੀ ਨਹੀਂ ਆਉਂਦੀ ਸੋ ਅੱਜ ਸਾਡੀ ਜਿਹੜੀ ਅਫਸਰ ਛਾਹੀ ਹੈ ਉਹਦੇ 'ਚ ਬਹੁਤ ਕੁਝ ਵੇਚਣੀ ਵੀ ਹੈ ਉਹ ਤੇ ਅੰਨਲ ਦੇਖਣ ਨੂੰ ਵੀ ਚਾਰ ਨਹੀਂ ਉਹ ਕਹਿੰਦਾ ਆਪਾਂ ਨੇ ਲੈਣਾ ਕੀ ਹੈ ਪੋਲੀਟੀਸ਼ੀਨ ਦਾ ਕੰਮ ਹੈ ਹੋਈ ਜਾਵੇ ਜੋ ਮਰਜ਼ੀ ਹੋਈ ਜਾਵੇ ਅੰਜੋਏ ਕਰਦੇ ਨੇ ਸੋ ਇਹ ਜੋ ਸਾਰਾ ਨਿਕਲਿਆ ਇਹਨਾਂ ਪੰਜਾਬ ਦਾ ਪੱਠਾ ਬੈਠਿਆ ਬਿਜਲੀ ਸਮਝੌਤਿਆਂ ਦੇ ਉੱਤੇ ਜਿੰਨੀ ਮਿਹਨਤ ਕਰਨੀ ਚਾਹੀਦੀ ਸੀ ਉਹਨੇ ਵਾਈਟ ਪੇਪਰ ਜਰੂਰ ਜਾਰੀ ਕਰਤਾ ਪਰ ਮੈਨੂੰ ਆ ਲੱਗਦਾ ਉਹ ਵਾਈਟ ਤਾਂ ਹੈਗਾ ਪਰ ਪੂਰਾ ਵਾਈਟ ਨਹੀਂ ਬਈ ਆਤਮਾ ਨਹੀਂ ਹੈਗੀ ਕੱਲਾ ਸਰੀਰ ਆ ਜੀ ਜੇ ਆਤਮਾ ਹੋਣੀ ਚਾਹੀਦੀ ਸੀ ਉਹ ਪੂਰਾ ਸਾਰਾ ਕੁਝ ਹੁੰਦਾ ਥੋੜੀ ਯਾਦ ਵਿਚਾਲਾ ਅੱਧ ਮਰੀਆ ਅੱਧ ਮਰੀਆ ਆਤਮਾ ਹੈਗੀ ਹੈ ਪੂਰੀ ਨਹੀਂ ਹੈ ਸਾਦੇ ਨਾਲ ਬਣੇ ਹੋਏ ਨੇ ਡਾਕਟਰ ਪਿਆਰ لال ਗਰਗ ਜੀ ਸਰ ਦੂਸਰਾ ਜਿਹੜਾ ਪੰਜਾਬ ਸਭਾ ਵਿੱਚ ਖੇਤੀ ਕਾਨੂੰਨਾਂ ਉੱਤੇ ਬਹੁਤ ਹੰਗਾਮਾ ਹੋਇਆ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਸਹੀ ਕਦਮ ਹੈਗਾ ਸਰਕਾਰ ਦਾ ਕੀ ਉਹ ਵਕਈ ਕਿਸਾਨਾਂ ਦੀ ਮਦਦ ਆ ਜਾਂ ਉਹ ਸ਼ੋਰਤ ਦੀ ਰਾਜਨੀਤੀ ਹੈ ਜਿਹੜੀ ਕਿ ਅਕਸਰ ਪੰਜਾਬ ਨੂੰ ਮਾਰਦੀ ਰਹੀ ਹੈ ਕਿਹੜੇ ਜਿਹੜਾ ਠੇਕਾ ਖੇਤੀ ਕਾਨੂੰਨ ਬਣਾਇਆ ਸੀ ਅਕਾਲੀ ਸਰਕਾਰ ਨੇ ਜਾਂ ਜਿਹੜਾ ਹੁਣ ਇਹਨਾਂ ਨੇ ਜਿਹੜਾ ਹੁਣ ਇਹਨਾਂ ਨੇ ਰੱਦ ਕੀਤਾ ਹਾਂ ਜੀ ਹਾਂ ਦੋ ਤਿੰਨ ਗੱਲਾਂ ਨੇ ਇਹਦੇ ਚ ਇਕ ਤਾਂ ਸੰਸਾਦ ਵੀ ਜਦ ਪਹਿਲਾਂ 115 ਐਮਐਲਆ ਨੇ ਬੀਜੇਪੀ ਨੇ ਤਾਂ ਉਹ ਨਹੀਂ ਨਹੀਂ ਹੁੰਦਾ ਨਾਚ ਕੇ ਉਹਨਾਂ ਸੀ ਉਹਨਾਂ ਨੇ ਹੋ ਗਈ ਇੱਕ ਆਵਾਜ਼ ਨਾਲ ਉਹ ਰੱਦ ਕਰਕੇ ਤੇ ਉਹਦੇ ਚ ਜਿਹੜੀ タルਮੀ ਮਾਫੀ ਉਹ ਵੀ ਦੇ ਕੇ ਗਵਰਨਰ ਸਾਹਿਬ ਨੂੰ ਭੇਜਤੀਆਂ ਇਕੱਠੇ ਹੋ ਕੇ ਜਾ ਕੇ ਦੇ ਕੇ ਆਏ ਗਵਰਨਰ ਸਾਹਿਬ ਨੇ ਉਹਦੇ ਵਿੱਚ ਬਾਬੂਆਂ ਦੀ ਤਰ੍ਹਾਂ ਕੰਮ ਕਰਿਆ ਗਵਰਨਰ ਜੀ ਤਰ੍ਹਾਂ ਨਹੀਂ ਕੰਮ ਕਰਿਆ ਕਿਉਂਕਿ ਇੱਕ ਨਾ ਬਾਬੂ ਹੋਰ ਤਰ੍ਹਾਂ ਦੇ ਕੰਮ ਕਰਦੇ ਹੁੰਦੇ ਨੇ ਜਿਹੜਾ ਸਟੇਟਸਮੈਨ ਆ ਹੋਰ ਤਰ੍ਹਾਂ ਦੇ ਕੰਮ ਉਹਨਾਂ ਨੇ ਆਪ ਦੇ ਕੋਲ ਫਾਈਲ ਦਬਲੀ ਹਾਇ ਜਦ ਬੰਦਾ ਮਤਲਬ ਬਾਹੂ ਦਾ ਕੰਮ ਹੀ ਹੁੰਦਾ ਇਹ ਉਤਰਾ ਬੰਦਾ ਨਹੀਂ ਆਇਆ ਉਹ ਕਹਿੰਦਾ ਜਾ ਇੱਧਰ ਕਰੋ ਜਾ ਇੱਧਰ ਕਰੋ ਆ ਕਰੋ ਨਾ ਕਰੋ ਜੋ ਮਰਜ਼ੀ ਕਰੋ ਵਿਚੇ ਵਿਚਾਲੇ ਦਾ ਕੋਈ ਮਤਲਬ ਹੀ ਨਹੀਂ ਹੈ ਸੋ ਉਹ ਜਦ ਕਿ ਉਹਨਾਂ ਨੇ ਉੱਥੇ ਦੱਬੀ ਰੱਖੀ ਜਦ ਕਿ ਉਹਨਾਂ ਦੇ ਕੋਲ ਅਖਤਿਆਰ ਦੋ ਹੀ ਸੀਗੇ ਜਾਂ ਇਹਨਾਂ ਨੂੰ ਵਾਪਸ ਕਰ ਦੇ ਦੇ ਕੇ ਵੀ ਆਹ ਆ ਗੱਲਾਂ ਇਹਦੇ ਚ ਬਦਲਾ ਕਰੋ ਇਹ ਕਰ ਦੇ ਜਾਂ ਨਾ ਕਰ ਦੇ ਇਹਨਾਂ ਦੀ ਮਰਜ਼ੀ ਹੈ ਇਹਨਾਂ ਕੋਲ ਅਖਤਿਆਰ ਅਸੈਂਬਲੀ ਕੁੜੀਆਂ ਮੁੜ ਕੇ ਤੇ ਜਾਂ ਫਿਰ ਹੋਤੇ ਤੇ ਜਾਂਦੇ ਰਾਸ਼ਟਰਪਤੀ ਜੀ ਨੂੰ ਉਹਨਾਂ ਨੇ ਦੋਨੇ ਕੰਮ ਨਹੀਂ ਕਰੇ ਸੋ ਉਹਨਾਂ ਨੇ ਕਰੀਆ ਬਾਹੂਬਿਰੀ ਸਾਡੇ ਮਾਨਯੋਗ ਗਵਰਨਰ ਸਾਹਿਬ ਨੇ ਹੁਣ ਜਦ ਆਪਾਂ ਆਮ ਦੇਖਦੇ ਆ ਘਰਾਂ ਚ ਵੀ ਹੋਰ ਵੀ ਕੋਈ ਦੁਖੀ ਬੰਦਾ ਹੁੰਦਾ ਉਹ ਕਹਿੰਦਾ ਜੀ ਮੈਂ ਇਨਾਰਗੀਆਂ ਦੇਣੀਆਂ ਉਹ ਬੰਦਾ ਕੋਈ ਉੱਠ ਕੇ ਕਹਿੰਦਾ ਜੀ ਤੁਸੀਂ ਘਰ ਜੀ ਛੋੜ ਜੇ ਕੋਈ ਗੱਲ ਨਹੀਂ ਸੋ ਇਹਨਾਂ ਨੇ ਜਿਹੜੇ ਇਤਕੀ ਰੱਦ ਕਰੇ ਨੂੰ ਦੁਬਾਰਾ ਵੀ ਚੰਗਾ ਤੁਸੀਂ ਪਹਿਲਾਂ ਦੱਬ ਲਿਆ ਸੀ ਤੁਹਾਨੂੰ ਵੇਚ ਦੁਬਾਰਾ ਵੇਚ ਦਾਂ ਪਰ ਇੱਥੇ ਚੋਕੇ ਇਕੱਠੇ ਹੋ ਕੇ ਕਰਿਆ ਇਹਦੇ ਚ ਆਪਨਰਸ਼ਿਪ ਨਹੀਂ ਚਾਹੀਦੀ ਪਹਿਲਾਂ ਕਾਂਗਰਸ ਨੇ ਗਲਤੀ ਇਹ ਕਰੀ ਹੈ ਉਹ ਸਾਰਾ ਸਿਹਰਾ ਆਪ ਦੇ ਜੋ ਮੈਂਬਰਨਾਂ ਨਾਲ ਗਏ ਜੇ ਉਹਦੇ ਚ ਐਦਾਈ ਦੀ ਅਕਾਲੀ ਦਲ ਆਪ ਪਾਰਟੀ ਤੇ ਕਾਂਗਰਸ ਚਾਰ ਪਾਰਟੀਆਂ ਦੇ 115 ਐਮਐਲਏ ਇਕੱਠੇ ਹੋਏ ਨੇ ਤਾਂ ਇਹਨਾਂ ਨੂੰ ਉਹਦੀ ਗਰਮਾ ਰੱਖਣੀ ਚਾਹੀਦੀ ਵੀ ਅਸੀਂ ਸਾਰਿਆਂ ਨੇ ਇਹ ਤਾਂ ਸਾਰਿਆਂ ਨੇ ਕਰਿਆ ਇਕੱਲੇ ਠੀਕ ਆ ਕਾਂਗਰਸ ਨੇ ਉਹਦੇ ਤੇ ਉਹ ਕਰਿਆ ਕਿਸਾਨੀ ਤੋਂ ਸਿੱਖ ਲੈਂਦੇ ਪੰਜਾਬ 'ਚ ਉਹ ਅੰਦੋਲਨ ਸ਼ੁਰੂ ਹੋਇਆ ਜਿਹੜਾ ਆਪਾਂ ਕਹੀਏ ਵੀ ਡੰਗਰ ਦੀ ਪ੍ਰਸਾ ਜਿਹੜੀ ਹੈ ਉਹ ਸਾਡੇ ਪੂਰੇ ਵਿਰਸੇ 'ਚ ਉੱਥੇ ਚੱਲ ਰਹੀ ਆ ਭਾਵੇਂ ਲੰਗਰ ਹੋਣ ਬਥੇ ਲੰਨ ਦਾ ਲੈ ਤੇ ਪੰਜਾਬ ਦੀ ਕਿਸਾਨੀ ਹਮੇਸ਼ਾ ਕਹਿੰਦੇ ਵੀ ਠੀਕ ਹੈ ਜੀ ਸ਼ੁਰੂ ਅਸੀਂ ਕਰਿਆ ਸੀ ਪਰ ਹੁਣ ਸਾਰਿਆਂ ਨਾਲ ਸੰਦ ਹੈ ਇਹ ਚੋਤੇ ਸੈਕਲੈਂਡ ਵੀ ਆ ਪਸਾਰਿਆਂ ਨਾਲ ਸੰਦ ਆ ਕਹੀਏ ਹੁਣ ਫਿਰ ਜੇ ਆਪਦੀ ਅਪਮੈਂਨਸ਼ਿਪ ਕਰਨਗੇ ਤਾਂ ਤਾਂ ਕੋਈ ਫਾਇਦਾ ਨਹੀਂ ਨਹੀਂ ਤਾਂ ਕਾਨੂੰਨ ਕਿਹੜਾ ਪਰ ਸਟੇਟ ਦਾ ਕਾਨੂੰਨ ਹੈ ਜਿਹੜਾ 2013 ਚ ਅਪ੍ਰੈਲ 2013 ਚ ਬਣਾਇਆ ਸ਼ਾਇਦ ਟਾਣਾ ਅਪ੍ਰੈਲ ਉਹ ਕਾਨੂੰਨ ਜਿਹੜਾ ਕੇਂਦਰ ਦੇ ਕਾਨੂੰਨ ਨਾਲੋਂ ਬਿਲਕੁਲ ਹੀ ਵੱਖਰਾ ਹੈ ਉਹ ਕਾਨੂੰਨ ਭਾਵੇਂ ਕਿ ਉਹਦੇ ਚ ਹੋਰ ਵੀ ਸਦਾਰ ਹੋ ਸਕਦੇ ਸੀ ਪਰ ਉਹ ਕਾਨੂੰਨ ਕਿਸਾਨਾਂ ਦੇ ਉਲਟ ਨਹੀਂ ਸੀ ਕਿਸਾਨਾਂ ਦੇ ਹੱਕ ਚ ਸੀ ਕੋਈ ਇਹ ਕਹਿ ਸਕਦਾ ਹੈ ਵੀ ਹੱਕ ਚੋਂ ਉਹਨਾਂ ਜਿਆਦਾ ਨਹੀਂ ਸੀ ਜਿੰਨਾ ਹੋਰ ਹੋ ਸਕਦਾ ਸੀ ਹੂੰ ਪਰ ਉਹ ਉਲਟ ਨਹੀਂ ਸੀ ਕਿਉਂ ਨਹੀਂ ਸੀ ਮੈਂ ਤੋਂ ਤਨ ਕਾ ਲਾਗੇ ਨਾਉ ਸਟੇਟ ਲੇਬਲ ਟੂ ਸੀ ਇੱਕ ਦੋਦੇ ਨੇ ਕੀ ਕਿਹਾ ਸੀ ਵੀ ਜਿਹੜੇ ਵੀ ਠੇਕਾ ਖੇਤੀ ਹੋਊਗੀ ਉਹ ਐਪੀਐਮਸੀ ਮੰਡੀ ਦੇ ਰੂਲਾਂ ਦੇ ਮੁਤਾਬਕ ਉਹਦੀ ਜਿੰਸ ਬੀਚ ਗਈ ਜਾਂ ਕਿ ਟੈਕਸ ਹੋਊ ਸਾਰਾ ਕੁਝ ਹੋਏਗਾ ਖਰੀਦੋ ਜਿੱਥੋਂ ਮਰਜੀ ਡਵੇ ਪਰ ਉਹਦੇ ਟੈਕਸ ਮੰਡੀ ਆਉਂਦੇ ਦੂਜਾ ਉਹਦੇ ਚ ਲਿਖਿਆ ਸੀ ਵੀ ਜਿਹੜਾ ਠੇਕਾ ਲੈਣ ਵਾਲਾ ਹੈ ਉਹਨੂੰ ਆਪਦੇ ਆਪ ਨੂੰ ਪੰਜਾਬ ਸਰਕਾਰ ਕੋਲ ਰਜਿਸਟਰ ਕਰਾਉਣਾ ਪਊ ਇਹ ਨਹੀਂ ਵੀ ਪੈਨ ਕਾਰਡ ਜਿੱਦੇ ਕੋਲ ਜੋ ਮਰਜ਼ੀ ਕਰ ਲਿਆ ਕੇ ਕੀ ਜੇ ਉਹਨਾਂ ਨੇ ਆਖਿਆ ਸੀ ਵੀ ਉਹ ਰਜਿਸਟ੍ਰੇਸ਼ਨ ਨਵੀਨੀਕਰਨ ਕਰਾਉਣੀ ਪਿਆ ਕਰੂਗੀ 2-3 ਸਾਲਾਂ ਬਾਅਦ ਤਾਂ ਕਿ ਇੱਕ ਵਾਰੀ ਜੇ ਭੱਜ ਗਿਆ ਮੁੜ ਕੇ ਉਹਦੀ ਬੰਦੀ ਹੋ ਜੇ ਆਪੀ ਬੰਦ ਹੋ ਜੇ 3 ਸਾਲਾਂ ਬਾਅਦ ਹੈ ਗਿ 25 ਸਾਲ ਦਾ ਕਰਤਾ ਜੇ ਮਿ ਸਮਝੌਤਾ ਬਿਜਲੀ ਵਾਲਾ ਸੀ ਫੇ ਤਾਂ ਖੂ ਠੱਗੀ ਮਾਰੀ ਜਾਊਗਾ ਕੀ ਸੀ ਉਹਦੀ ਚ ਗੱਲ ਇਹ ਸੀ ਵੀ ਜਿਹੜਾ ਸਮਝੌਤਾ ਕਰੋਗੇ ਮਸੌਦਾ ਜਿਹਨੂੰ ਪਕੈਣਾ ਇਕਰਾਰਨਾਮਾ ਜਾਂ ਪੰਜਾਬੀ ਕਰਨੀ ਹੋਵੇ ਉਹਦੀ ਜਿਹਨੂੰ ਐਮਓਯੂ ਕਹਿੰਦੇ ਨੇ ਅਸਲ ਚ ਉਹ ਕਰਾਰਾ ਪੰਜਾਬੀ ਚ ਉਹਨੂੰ ਪਹ ਕਰਾਰਨਾਮਾ ਕਹਿੰਦੇ ਆ ਜਿਹੜਾ ਕਰਾਰ ਨਾਮ ਹੈ ਉਹ ਵੀ ਰਜਿਸਟਰ ਕਰਾਉਣਾ ਜਿਵੇਂ ਅਪਕੀਦਰ ਕਹਿੰਦੇ ਨੇ ਨਾ ਵਸੀਅਤ ਲਿਖਣੀ ਵੀ ਇਹਨੂੰ ਰਜਿਸਟਰ ਕਰਾਉਣਾ ਭਾਈ ਤਾਂ ਇਹ ਹੀ ਕਾਨੂੰਨੀ ਵੈਦੂ ਬਣ ਉਹਨੂੰ ਰਜਿਸਟਰ ਕਰਾਉਣਾ ਐਥੇ ਲਿਖਿਆ ਜੇ ਏਜੰਸੀ ਹੋਏਗੀ ਤਾਂ ਰਜਿਸਟਰ ਕਰਾ ਸਕਦੀ ਹੈ ਭਾਰ ਸਰਕਾਰ ਵਾਲਾ ਉਦੋਂ ਅੱਗੇ ਉਹਦੇ ਵਿੱਚ ਇਹ ਵੀ ਲਿਖਿਆ ਹੈ ਵੀ ਜਿਹੜਾ ਕੋਈ ਫਸਲ ਵੇਚਣ ਵਾਸਤੇ ਜੋ ਵੀ ਪ੍ਰਬੰਧ ਹੈ ਚਾਹੇ ਵਾਰਦਾਨ ਹੈ ਚਾਹੇ ਜੋਖੰਦ ਦਾ ਪ੍ਰਬੰਧ ਹੈ ਚਾਹੇ ਉਹਨੂੰ ਉੱਥੇ ਲਿਜਾਣ ਦਾ ਪ੍ਰਬੰਧ ਹੈ ਜਿੱਥੇ ਜਾ ਕੇ ਉਹਨੇ ਲੈਣੀ ਹੈ ਠੇਕੇਦਾਰ ਨੇ ਇਹ ਸਾਰਾ ਪੈਸਾ ਠੇਕੇਦਾਰ ਖਰਚੂਗਾ। ਇਹਦੇ ਵਿੱਚ ਕੋਈ ਨਹੀਂ ਲਿਖਿਆ ਹੋਇਆ ਭਾਰਤ ਸਰਕਾਰ ਵਾਲੇ ਚ। ਉਹਦੇ ਚ ਇਹ ਵੀ ਲਿਖਿਆ ਹੈ ਇਹ ਭਾਰਤ ਸਰਕਾਰ ਨੇ ਦਿੱਤਾ ਵੀ ਇਹ ਕੁਆਲਟੀ ਰੱਖੂਗਾ ਜੀ ਇੱਕ ਇਹ ਆਪਣਾ ਸੋਸ਼ਲ ਰਿਸਪੌਂਸਿਬਿਲਟੀ ਦੀ ਕਲੌਜ਼ ਰੱਖੇਗਾ ਜੀ ਇਹ এনवायरमेंट ਦਾ ਰੱਖੇਗਾ ਜੀ ਇਹ ਪੈਸਟੀਸਾਈਡ ਦਾ ਲੈਵਲ ਰੱਖੇਗਾ ਯਾਨੀ ਕਿ ਕੁਆਲਟੀ ਕੰਟਰੋਲ ਕਿਸਾਨ ਤੇ ਲਾਤਾ। ਉੱਥੇ ਕਿਤੇ ਇਹ ਜੀ ਗੱਲ ਨਹੀਂ ਲਿਖੀ ਹੋਣੀ ਉਹਨਾਂ ਨੇ ਆਖਿਆ ਵੀ ਉਹ ਨਿਰਧਾਰਿਤ ਕੁਆਲਟੀ ਦਾ ਧਿਆਨ ਰੱਖੇਗਾ। ਕੀ ਲਈ ਗਈ ਜਦ ਤੁਸੀਂ ਬਰੀਕੀ ਕਹੋ ਆ ਵੀ ਕਰੂ ਆ ਵੀ ਕਰੂ ਉਹ ਜ਼ਿਆਦਾ ਖਤਰਨਾਕ ਫਿਰ ਅੱਗੇ ਜਿਹੜੀਆਂ ਚੀਜ਼ਾਂ ਨੇ ਵੀ ਜਿਹੜੀਆਂ ਉਹਦੇ ਸੇਵਾਵਾਂ ਇਹ ਵਿੱਚ ਠੇਕੇਦਾਰ ਰਹੇਗਾ ਚਾਹੇ ਉਹ ਸੰਦ ਦੇਵੇ ਚਾਹੇ ਉਹ ਕੀਟਨਾਸ਼ਕ ਦੇਵੇ ਚਾਹੇ ਉਹ ਨਦੀਨ ਨਾਸ਼ਕ ਦੇਵੇ ਚਾਹੇ ਉਹ ਕੈਮੀਕਲ ਫਰਟੀਲਾਈਜ਼ਰ ਦੇਵੇ ਜਾਂ ਕਿ ਖਾ ਖਾਦ ਦੇਵੇ ਚਾਹੇ ਕੋਈ ਸਲਾਹ ਦੇਵੇ ਚਾਹੇ ਬੀਜ ਦੇਵੇ ਜੇ ਉਹ ਮਾਰੇ ਨਿਕਲ ਗਏ ਤਾਂ ਉਹਦਾ ਹਰਜਾਨਾ ਉਹਨੂੰ ਪਾਊਗਾ ਠੇਕੇਦਾਰ ਦੀ ਜਗਲ ਉਹਦੇ ਕੁਆਲਟੀ ਵੀ ਮੇਨਟੇਨ ਕਰਨੀ ਜ਼ਰੂਰੀ ਹੈ। ਬਿਲਕੁਲ। ਸਾਰੀਆਂ ਚੀਜ਼ਾਂ ਦੀ ਇਹਨਾਂ ਨੇ ਲਿਖਤਾ ਉਹ ਸਟੈਂਡਰਡ ਮੁਤਾਬਕ ਹੋਣਗੀਆਂ। ਹੂੰ। ਟੈਂਡਰ ਤਾਂ ਉਹ ਕਹਿੰਦਾ ਹਾਂਜੀ ਤੇ ਹੈ ਹੀ ਸਟੈਂਡਰਡ ਮੁਤਾਬਕ। ਕੁਆਲਟੀ ਮੇਨਟੇਨ ਕਰਨਾ ਹੋਰ ਚੀਜ਼ ਹੈ। ਅਸੀਂ ਰੋਜ਼ ਹੀ ਦੇਖਦੇ ਹਾਂ ਕਹਿੰਦੇ ਸੀ ਸਟੈਂਡਰਡ ਮੁਤਾਬਕ ਦਿੱਤਾ ਸੀ ਥੋੜਾ ਮਾੜਾ ਨਿਕਲ ਗਿਆ ਅਸੀਂ ਕੀ ਕਰੀਏ? ਕੰਪਨੀ ਸਟੈਂਡਰਡ ਰੱਖਦੇ ਰਹੇ। ਹਾਂ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ। ਇਸ ਤੋਂ ਅੱਗੇ ਇੱਕ ਹੋਰ ਗੱਲ ਲਿਖੀ ਹੈ। ਦੇ ਭੁਗਤਾਨ ਉਹਦੀ ਕਰਨਾ ਹੈ ਪਰ ਜੇ ਭੁਗਤਾਨ 30 ਦਿਨ ਤੱਕ ਲੇਟ ਹੋ ਗਿਆ ਤਾਂ ਜਿੰਨੇ ਦਿਨ ਡੇਟ ਹੋ ਗਿਆ ਅਪ ਟੂ 30 ਡੇਸ ਉਹਦਾ ਵਿਆਜ ਦੇ ਦਿੱਤਾ ਜਾਊ ਕਿਸਾਨ ਨੂੰ ਇੱਥੇ ਕੋਈ ਵਿਆਜ ਦਾ ਪ੍ਰੋਵੀਡਰ ਨਹੀਂ ਪਾਰਸਲ ਕਰਾ ਲਈ ਚ ਫਿਰ ਉਹਦੇ ਜਿਹੜੀ ਸਹੀ ਅਪੀਲ ਆ ਉਹ ਕਮਿਸ਼ਨਰ ਕੋਲ ਜਾਣੀ ਆ ਐਸ ਡੀ ਐਮ ਕੋਲ ਨਹੀਂ ਯਾਨੀ ਕਿਆ ਬਾਤ ਜੇਮ ਕੋਲ ਜਾਣੀ ਹੁਣ ਤੁਸੀਂ ਬੈਠੋ ਪਟਿਆਲੇ ਤੁਹਾਨੂੰ ਪਤਾ ਹੀ ਨਹੀਂ ਕਮਿਸ਼ਨਰ ਕਿੱਥੇ ਤੇ ਕਿੱਥੇ ਐਸ ਡੀ ਐਮ ਇਹ ਤਾਂ ਗੈਪ ਹੀ ਬਹੁਤ ਵੱਡਾ ਪੜਾ ਹੀ ਬਹੁਤ ਵੱਡਾ ਤਾਕਤ ਦਾ ਐਸ ਡੀ ਐਮ ਨੂੰ ਤਾਂ ਜਿਹੜਾ ਮਰਜ਼ੀ ਦਿਵਾ ਲੇ ਕਮਿਸ਼ਨਰ ਨੂੰ ਇਹ ਨਾ ਸੌਖਾ ਨਹੀਂ ਹੁੰਦਾ ਦੋਣਾ ਫਿਰ ਕਮਿਸ਼ਨਰ ਕੋਲ ਅਪੀਲ ਜਿਹੜੀ ਹੈ ਉਹਦੀ ਫਰਦਰ ਜੇ ਉਹਦਾ ਫੈਸਲਾ ਤਸਦੀਨ ਨਾ ਹੋਵੇ ਉਹ ਫਾਈਨੈਂਸ਼ ਕਮਿਸ਼ਨਰ ਕੋਲ ਜਾਊਗੀ ਅੱਛਾ ਇਹ ਕਰਤੀ ਡਿਸਟ੍ਰਿਕਟ ਕਲੈਕਟਰ ਫਾਈਨਲ ਸੋ ਇਸ ਕਰਕੇ ਇਹ ਜਿਹੜਾ ਕਾਨੂੰਨ ਸੀ ਇਹਦੇ ਵਿੱਚ ਹੋਰ ਸੌਖਾ ਸੁਧਾਰ ਹੋ ਸਕਦੇ ਸੀ ਪਰ ਇਹ ਕਾਨੂੰਨ ਕਿਸਾਨ ਦੇ ਹਿਤਾ ਨੂੰ ਤੇ ਸੂਬੇ ਦੇ ਹਿਤਾ ਨੂੰ ਕਿਤੇ ਨਾ ਕਿਤੇ ਬਚਾਉਂਦਾ ਸੀ ਇੱਕ ਤਾਂ ਦੂਜੇ ਵੱਡੇ ਗੱਲ ਇਹ ਸੀ ਵੀ ਸੂਬੇ ਨੂੰ ਦੇ ਕਾਰਿਆਕ ਕਾਨੂੰਨ ਬਣਾਉਂਦਾ ਇੰਦਰ ਨੂੰ ਤਦਕਾਰ ਹੈ ਨਹੀਂ ਨਾ ਤੋਂ ਸੂਬੇ ਦੇ ਬਣਾਏ ਹੋਏ ਕਾਨੂੰਨ ਨੂੰ ਭਾਵੇਂ ਇਹਨਾਂ ਨੇ ਰੱਦ ਕਰਿਆ ਇੱਕ ਦੂਜੇ ਨੂੰ ਉੱਚਾ ਨੀਚਾ ਜੋ ਵੀ ਰੌਲਾਪਾਂ ਵਾਲੀ ਗੱਲ ਮੈਨੂੰ ਆਂ ਲੱਗਦਾ ਹੈ ਵੀ ਸਾਡੇ ਸਿਆਸਤਦਾਨਾਂ ਜਿਨ੍ਹਾਂ ਨੇ ਕਾਨੂੰਨ ਬਣਾਇਆ ਸੀ ਨਾ ਅਸਲ 'ਚ ਹਮ ਸਭ ਸੱਚੀ ਮੁੱਚੀ ਪਤਾਉ ਨਾ ਨੂ ਨਹੀਂ ਜੋ ਕਾਨੂੰਨ ਚਾਹ ਇਹਨਾ ਚੰਗਾ ਹੈਗਾ ਕਿਉਂ ਮੈਨੂੰ ਕਹਿਣਾ ਹੈ ਇਹਦਾ ਧਾਰਨਾ ਹੈ ਵੀ ਇਹ ਕਹੀ ਜਾਂਦੇ ਨੇ ਵੀ ਸਾਨੂੰ ਤਾਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਖਰੜਾ ਆਇਆ ਸੀ ਤੇ ਉਹ ਸੀ ਤਾਂ ਉਹ ਹੀ ਮੰਨ ਲਿਆ ਇਹ ਤਾਂ ਮਤਲਬ ਨੂੰ ਪਤਾ ਹੀ ਨਹੀਂ ਜੇ ਡਾਕਟਰ ਮਨੋਨ ਸਿੰਘ ਦੀ ਸਰਕਾਰ ਨੇ ਇਹੋ ਜਿਹਾ ਖੜਾ ਬਣਾਇਆ ਸੀ ਉਹ ਤਾਂ ਆ ਹੁਣ ਵਾਲੇ ਮੋਦੀ ਸਾਹਿਬ ਵਾਲੇ ਕਾਨੂੰਨ ਨਾਲ ਤਾਂ ਸੌਦਰ ਜੇ ਚੰਗਾ। ਕਿਰਪਾ ਨਾਲ ਹੋਣੀ ਨਹੀਂ ਹੋ ਸਕਦੇ ਨੇ। ਉਹ ਤਾਂ ਬੜਾ ਐਨਾ ਕਿਸਾਨ ਦੇ ਉਲਟ ਨਹੀਂ ਹੁਣ ਵਾਲਾ ਉਲਟਾ ਕਿਸਾਨ ਦਾ ਤਾਂ ਫਰਕ ਸਮਝੀਏ। ਹੁਣ ਵਾਲਾ ਸੂਬੇ ਦੇ ਵੀ ਉਲਟਾ ਕਿਸਾਨ ਦੇ ਵੀ ਉਲਟਾ। ਉਹ ਜਿਹੜਾ ਉਹ ਸੂਬੇ ਦੇ ਵੀ ਹੱਕ ਚਾ ਕਿਸਾਨ ਦੇ ਵੀ ਹੱਕ ਚ ਆਪਾਂ ਇਹ ਕਰ ਸਕਦੇ ਹਾਂ ਥੋੜਾ ਹੱਕ ਚ ਹੋਰ ਜ਼ਿਆਦਾ ਹੋਣਾ ਚਾਹੀਦਾ। ਠੀਕ ਹੈ ਜੀ। ਤੋ ਇਹਨਾਂ ਨੇ ਪੜਿਆ ਹੀ ਨਹੀਂ ਜੇ ਇਹਨਾਂ ਨੇ ਪੜਿਆ ਹੁੰਦਾ ਇਹ ਅਸੈਂਬਲੀ 'ਚ ਜਿਹੜੀ ਇੱਕ ਦੂਜੇ ਨੂੰ ਆ ਜਿਹੜਾ ਆਪਾਂ ਅਗਲਾ ਪਾਠ ਕਰਨਾ ਹੈ ਜੋ ਜਿਹਨੇ ਅਸੈਂਬਲੀ 'ਚ ਕਰਿਆ ਹੈ ਉਹਦੀ ਵੀ ਜਿਹੜੀ ਨਾਲ ਗੱਲ ਕਰਦੇ ਕੱਡੀ ਕੱਡੀ ਕਲਾਸ ਪੜ੍ਹ ਕੇ ਦੋਨੇ ਪੈਰਲ ਟੱਕ ਲੈਂਦੇ ਤੇ ਆਪਿਆ ਜੀ ਕੇਂਦਰ ਦਾ ਆਪਿਆ ਸਾਡਾ ਜਿਹਨੂੰ ਤੁਸੀਂ ਰੱਦ ਕਰਦੇ ਨੇ ਹੋ ਤੁਸੀਂ ਆ ਜਿਹੜਾ ਐਮੈਂਡ ਕਰਿਆ ਸੀ ਆਪਾਂ ਸਾਰਿਆਂ ਨੇ ਮੰਨ ਕੇ ਕਰਿਆ ਸੀ ਨਾ ਉਹਦੇ 'ਚ ਦਿਖਾ ਦਿਓ ਉਹ ਹੀਆਂ ਕੜਾਦਾ ਜਿਹੜੀਆਂ 2013 'ਚ ਆਈਆਂ ਸੀ ਜਿਹੜਾ ਅਮੈਂਡ ਕਰਿਆ ਸੀ 115 ਐਮਐਲ ਐਨ ਉਹਦੇ 'ਚ ਵੀ ਉੰਨੀ ਚੰਗੀਆਂ ਕਲਾਸਾਂ ਨਹੀਂ ਹੈਗੀਆਂ। ਕਹਿੰਦਾ ਕਿ ਟੀ ਵਾਲੇ 'ਚ ਜਿੰਨੀਆਂ ਇਸ 'ਚ ਨੇ ਕਿਉਂਕਿ ਪੜ੍ਹਨਾ ਤਾਂ ਕਿਸੇ ਨੇ ਬੜੀ ਆਸ ਜਾਈ। ਉਦਾਂ ਹੀ ਡਬਲ ਕੁੰਸੜੀ ਚੱਲੀ ਜਾ ਰਹੀ ਹੈ। ਸੋ ਉਹਦੇ 'ਚ ਵੀ ਕਿਸੇ ਅਫਸਰਾਂ ਨੇ ਬਣਾਤਾ ਹੋਣਾ ਇਹ ਵੀ ਅਫਸਰਾਂ ਨੇ ਬਣਾਤਾ ਜਿਵੇਂ ਜਿਵੇਂ ਉਹ ਬਣਾਤਾ ਠੀਕ ਹੈ। ਸੋ ਇਸ ਕਰਕੇ ਸਾਡੀ ਅੱਜ ਡੋਰ ਕੀ ਹੈ। ਇਸ ਗੱਲ ਨੂੰ ਆਪਾਂ ਦੀ ਇੱਥੇ ਵਿਰਾਮ ਦੇਣਾ ਹੋਵੇ। ਸਾਡੀ ਡੋਰ ਇਹ ਹੈ ਕਿ ਅਸੀਂ ਸਟੇਟਸਮੈਨ ਬਣੀਏ। ਅਸੀਂ ਬਦਕਤਾ ਫਿਕਸਤ ਕਰੀਏ ਸਿਆਸਤਦਾਨਾਂ ਦੇ ਵਿੱਚ ਵੀ ਸਿਆਸਤਦਾਨ ਨੇ ਕੋਈ ਬਰੀਕੀ ਨਹੀਂ ਦੇਖਣੀ ਹੁੰਦੀ ਸਿਆਸਤਦਾਨ ਨੇ ਮੋਟੀ ਗੱਲ ਕਹਿਣੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਜਿਵੇਂ ਮੈਂ ਵੀ ਨਹੀਂ ਸਮਝਦਕਾ ਠੇਕਾ ਖੇਤੀ ਕਰਨੀ ਹੈ ਉਹ ਕਹੋਗਾ ਨਹੀਂ ਲੈ ਭਾਈ ਜਿਹੜਾ ਤੂੰ ਸੰਦ ਸਿੰਦਰ ਦੇਗਾ ਜੇ ਮਾੜਾ ਨਿਕਲ ਗਿਆ ਫਿਰ ਤੇਰੀ ਜ਼ਿੰਮੇਵਾਰੀ ਹੋਊਗੀ ਦੱਸੋ ਇਹ ਇਹ ਤਾਂ ਹਨਪਨ ਨੂੰ ਵੀ ਪਤਾ ਹੈ ਲੈ ਭਾਈ ਸਮੇਂ ਤੇ ਦੇਣਾ ਏਨੀ ਵੀ ਤੂੰ ਬੀਜ ਫਸਲ ਬੀਜਣ ਦਾ ਰੁੱਤ ਲੰਘ ਜੇ ਫਿਰ ਉਦੋਂ ਤੂੰ ਬੀਜਣੇ ਜਦ ਖਾਦ ਦੇਣੀ ਹੈ ਮੌਕੇ ਤੇ ਦੇਣੀ ਹੈ ਭਾਈ ਹਾਂ ਫਿਰ ਲੈ ਭਾਈ ਤੂੰ ਤੋਰ ਮੈਨੂੰ ਕਹੇਗਾ ਜਾ ਕੇ ਜਿੰਦ ਵਿੱਚ ਵੀ ਮੇਰੀ ਤਾਂ ਉੱਥੇ ਆ ਫੈਕਟਰੀ ਉੱਥੇ ਲਿਆ ਚੱਕੇ ਵੀ ਜੋ ਉੱਥੇ ਨੇ ਹੋਣਾ ਪਊਗਾ ਭਾਈ ਉਹਦਾ ਸਾਰਾ ਬਾਰ ਦਾ ਨਾ ਬੂੜੀਆਂ ਬਾਰੀਆਂ ਤੂੰ ਹੀ ਲਏਗਾ ਉਹਦਾ ਖਰਚਾ ਵੀ ਤੂੰ ਹੀ ਦੇਵੇਂਗਾ ਉੱਥੇ ਲੈ ਜਾਂਦਾ ਕੱਲ ਨੂੰ ਆਏ ਨਾ ਕਹਿੰਦੀ ਵੀ ਇਹਦਾ ਕੰਡਾ ਵੀ ਤੁਸੀਂ ਲਓ ਕੰਡੇ ਦਾ ਕਿਰਾਇਆ ਤੁਸੀਂ ਜੋ ਮੈਗ ਨਹੀਂ ਦੇਣਾ ਜੋਖਮਤ ਆਏ ਹੈ ਇਹ ਕੰਨ ਤਾਂ ਅਨਪੜ੍ਹ ਬੰਦੇ ਨੂੰ ਪਤਾ ਇਹਦੇ ਚ ਪੜੇ ਨੇ ਕਹਿੰਦੀ ਤਾਂ ਕੋਈ ਗੱਲ ਨਹੀਂ ਇਹ ਤਾਂ ਸ਼ਰਤਾਂ ਨੇ ਵੀ ਦੇਖ ਵੀ ਤੂੰ ਜੇ ਆ ਕਰੇਗਾ ਤਾਂ ਆ ਕਰਨਾ ਮੁੰਗੇ ਇਹੇ ਸ਼ਰਤਾਂ ਸਾਡੇ ਚਾਹੇ ਅਨਪੜ੍ਹ ਵੀ ਹੋਣ ਹੁਣ ਤਾਂ ਇਹ ਤਾਂ ਪੜ੍ਹੇ ਲਿਖੇ ਨੇ ਐਮਐਲਏ ਜੇ ਇਹ ਸ਼ਰਤਾਂ ਸਾਨੂੰ ਪਤਾ ਮੋਟੀਆਂ ਵਿਆਹ ਹੋਣੀਆਂ ਚਾਹੀਦੀਆਂ ਨੇ ਫਿਰ ਦੀ ਸ਼ਬਦਾਵਲੀ ਲਿਖਣਾ ਬਿਰੋਕ੍ਰੇਸੀ ਦਾ ਕੰਮ ਹੈ ਜੇ ਸ਼ਬਦਾਵਲੀ ਗਲਤ ਲਿਖੀ ਉਹਨੂੰ ਕਹ ਦੋ ਵੀ ਆ ਜਾ ਆ ਜਾ ਤੂੰ ਦਫ਼ਤਰ ਨੂੰ ਆ ਕੇ ਲਿਖਿਆ ਸੀ ਐਨੀ ਗਲਤ ਹੈ ਡਿਕਟੇਟ ਕਰਾ ਕੇ ਆਪ ਦੇ ਸਟੈਂਡ ਨੂੰ ਦਿਖਾ ਸਕਦੇ ਨੇ ਵੀ ਐਦਾਂ ਦਾ ਬਿਲ ਬਣਾਉਣਾ ਹੁੰਦਕਿ ਨਹੀਂ ਹੁਣ ਆਪਣੇ ਮੁੰਡੇ ਕੁੜੀਆਂ ਦਾ ਰਿਸ਼ਤਾ ਕਰਦੇ ਸੀ ਜਾਂ ਕੋਈ ਬੰਦਾ ਮਕਾਨ ਖਰੀਦਦਾ ਜਾਂ ਕੋਈ ਕਿਰਾਏ 'ਚ ਲੈਂਦਾ ਜਾਂ ਕੋਈ ਜ਼ਮੀਨ ਖਰੀਦਦਾ ਉਹ ਕਹਿੰਦਾ ਯਾਰ ਤੂੰ ਆਇਆ ਘਹੀਂ ਇਹ じゃ ਮੁੰਡਾ ਹੋਣਾ ਚਾਹੀਦਾ ਜਾਂ ਇਹ ਜੀ ਕੁੜੀ ਬਿਲਕੁਲ ਐਕਦੇ ਕੋਈ ਚੀਜ਼ ਖਰੀਦਨੀ ਹੈ ਉਹ ਕਹਿੰਦਾ ਯਾਰ ਐਡਾ ਘਰ ਹੋਣਾ ਚਾਹੁੰਦਾ ਇੰਨੇ ਕ ਕਮਰੇ ਹੋਣ ਆਏ ਹੋਵੇ ਜਾਂ ਜ਼ਮੀਨ ਆਏ ਹੋਵੇ ਠੀਕ ਹੈ ਨਾ ਉਹ ਚ ਪਾਣੀ ਜਪਤ ਹੋਵੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਤਾਂ ਆਮ ਜੀਵਨ ਦੀਆਂ ਨੇ ਅਸੀਂ ਕੀ ਕਰਤਾ ਅਸੀਂ ਅਸੈਂਬਲੀ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਗੁੰਜਰਦਾਰ ਬਣਾਤਾ ਬਿਲਕੁਲ ਪਤਾ ਨਹੀਂ ਲੱਗਿਆ ਕੋ ਮਨਕੜੀ ਕਿ ਪਾਉਣ ਵਾਸਤੇ ਨਹੀਂ ਤਾਂ ਮੈਨੂੰ ਕੋਈ ਦੱਸੇ ਬਿਜਲੀ ਦੇ ਸਮਝ ਉੱਤੇ ਜਿਹੜੇ ਅਸੀਂ ਕਰੇ ਇਕਰਾਰਨਾਮੇ ਉਹ ਵੀ ਇਕਰਾਰਨਾਮੇ ਹੀ ਹੈ ਨਾ ਪ੍ਰਾਈਵੇਟ ਪਾਰਟੀ ਨਾਲ ਜਾਂ ਜਿਹੜੀ ਠੇਕਾ ਖੇਤੀ ਉਹਦਾ ਇਕਰਾਰਨਾਮਾ ਕਿਹੜਾ ਆਸਤਵਾਨ ਪਰ ਬੰਦਾ ਹੈ ਜਿਹਨੂੰ ਇਕਰਾਰਨਾਮਾ ਨਹੀਂ ਕਰਨਾ ਆਉਂਦਾ ਅੱਪਾ ਅੱਗੇ ਅਸੀਂ ਜੁੱਤੀਆਂ ਬਣਾਉਣ ਜਾਂਦੇ ਸੀ ਉਹਨੂੰ ਕਹਿੰਦੇ ਦੇਖ ਚਾਚਾ ਗੱਲ ਇਹ ਹੈ ਵੀ ਫਲਾਣੇ ਦਿਨ ਵਿਆਹ 'ਚ ਜਾਣਾ ਸੀ ਉਹ ਦਿਨ ਤੱਕ ਉਹ ਚਾਚਾ ਦੋ ਦਿਨ ਪਹਿਲਾਂ ਦਿੱਤੀ ਦੇ ਦੀ ਨਾਲੇ ਐ ਕਹੇ ਜੀ ਸੋਹਣੀ ਜਿਹੀ ਕਰੋੜ ਆਈ ਜਿਹੜਾ ਚਮਕਦੀ ਹੋਵੇ ਇਹ ਤਾਂ ਹਰ ਇੱਕ ਨੂੰ ਪਤਾ ਹੁੰਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਤੇ ਯਾਰ ਪੈਸੇ ਨਾਲ ਲੱਗੇ ਕਿਤੇ ਤੁਰਦੇ ਤੁਰਦੇ ਪੈਰੀ ਵੱਢ ਦੇ ਹੂੰ ਕਿਰੋ ਕਹਿੰਦੇ ਕਿ ਨਾ ਜੇ ਇਹ ਕਰੂਗੀ ਮੈਂ ਕਰਬੂਦ ਦੇ ਦੂੰਗਾ ਜਾਣੇ ਕਿ ਇਹ ਕਿਹਿਆ ਜਾਂਦਾ ਸੀ ਉਹ ਹੱਲ ਦੱਸਦਾ ਸੀ ਫਿਰ ਮੈਂ ਐ ਕਰੂਗਾ ਦੋਨਾਂ ਤੇ ਰਹਿਣਾ ਜਿੰਨਾ ਮਰਜ਼ੀ ਪਿਆਰ ਹੋਵੇ ਤੇਰਾ ਤਾਂ ਦੋ ਹੀ ਨੇ ਨਾ ਦੋ ਭਰਾ ਵੀ ਆਪਸੇ ਚਨੇ ਬੇਕਾ ਮਾਵਾਂ ਧੀਆਂ ਦਾ ਇਹਨਾਂ ਨੂੰ ਧੀ ਦਾ ਮਾਵਾਂ ਧੀਆਂ ਦਾ ਨਾ ਬਿਲਾਂਚ ਕਰਿਆ ਕਾਨੂੰਨੀ ਚ ਨਾ ਪੀਪੀਐਚ ਕਰੇ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਪਿਆਰਲਾ ਕਰਤਜੀ ਨੇ ਇੱਕ ਬੜੀ ਗੱਲ ਕਲੀਅਰ ਕਰਤੀ ਕਿ ਜੋ ਆ ਰਾਮ ਦੇ ਵਾਰਿਸ ਨੇ ਰਾਮ ਰਾਜ ਦੇ ਵਾਰਿਸ ਨੇ ਉਹੀ ਮਰਿਆਤਾ ਭੁੱਲ ਚੁੱਕੇ ਨੇ ਕਿੱਡੀ ਵੱਡੀ ਅਨਹੋਣੀ ਗੱਲ ਹੈਗੀ ਆ ਔਰ ਸਾਡੇ ਪੰਜਾਬ ਦੇ ਲੋਕਾਂ ਲਈ ਦੁੱਖ ਦੀ ਗੱਲ ਹੈ ਕਿ ਸਾਡੇ ਲੀਡਰ ਤੇ ਸਾਡੇ ਲੋਕ ਕਾਬਲੀਅਤ ਖੋ ਚੁੱਕੇ ਨੇ ਔਰ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਕਲਬੂਤ ਦੀ ਜ਼ਰੂਰਤ ਹੈਗੀ ਆ ਔਰ ਉਹ ਕਲਬੂਤ ਸਾਡਾ ਵੋਟਾਂ ਦਾ ਡਰ ਹੀ ਆ ਸਾਡੇ ਸਵਾਲ ਹੀ ਨੇ ਔਰ ਉਹਨਾਂ ਨੂੰ ਉਹ ਪਰਖ ਦੀ ਖੜੀ ਦੇ ਵਿੱਚੋਂ ਖਰਾ ਉਤਰਨ ਲਈ ਸਾਨੂੰ ਤਕੜੇ ਹੋ ਕੇ ਸਵਾਲ ਪੁੱਛਣ ਦੀ ਤੇਜ਼ ਟਾਕਰ ਨਹੀਂ ਪੈਣੀ ਆ ਇਸ ਤੋਂ ਬਿਨਾ ਪੰਜਾਬ ਦਾ ਇਲਾਜ ਹੋਣਾ ਸੰਭਵ ਨਹੀਂ ਲੱਗਦਾ ਇਹੀ ਮੈਂ ਕਹਿ ਸਕਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਨਾਲ ਸਵਾਲਾਂ ਦੇ